ਟੁੱਟਿਆ ਨੇ ਉਹ ਗੂੜਾ ਜਿਹਾ ਚਸ਼ਮਾ ਖਰੀਦ ਲੈ, ਰੋ ਰੋ ਕੇ ਸੁਜੀਆਂ ਸੋਹਣੀਆਂ ਅੱਖੀਆਂ ਲਪਾਉਣ ਨੂੰ ਕੁਝ ਸੂਟ ਲਾਂਬੇ ਸਾਂਭ ਕੇ ਰੱਖ ਗੂੜੇ ਰੰਗ ਦੇ, ਕੱਚੇ ਦੀ ਕੱਚੀ ਯਾਰੀ ਟੁੱਟੀ ਤੇ ਪਾਉਣ ਨੂੰ ਲੰਘਾਂਗੇ ਤੇਰੀ ਗਲੀ ਵੀ ਇੱਕ ਦਿਨ ਛਨਨ ਛਨਨ, ਲੰਘਾਂਗੇ ਤੇਰੀ ਵੀ ਗਲੀ ਇੱਕ ਦਿਨ ਛਨਨ ਛਨਨ, ਤੇਰੇ ਬਿਨ ਵੀ ਜੀ ਰਹੇ ਹਾਂ ਇਹ ਦਿਖਾਉਣ। ਜੀ ਤਾਂ ਬਹੁਤ ਕਰਦਾ ਮੇਰਾ ਮਿਲਣ ਆਉਣ ਨੂੰ, ਪਰ ਮਿਲਦੀ ਨਹੀਂ ਮੁਸਕਾਨ ਹੀ ਹੋਠੀ ਸਜਾਉਣ। ਤੇ ਭਾਜੀ ਜੇ ਮੈਂ ਕਹਾਂ ਕਿ ਮੈਨੂੰ ਥੋੜਾ ਜਿਹਾ ਤੁਹਾਡੀ ਜਿਹੜੀ ਸਮਾਈਲ ਹੈ ਨਾ, ਇਹ ਕਿਤੇ ਨਾ ਕਿਤੇ ਬੜੀ ਰੋਮਾਂਟਿਕ ਜੀ ਸਮਾਈਲ ਵੀ ਲੱਗਦੀ ਹੈ। ਤੁਹਾਡੀ ਅਰੇਂਜ ਮੈਰਿਜ ਹੈ ਕਿ ਲਵ ਮੈਰਿਜ ਹੈ? ਲਵ ਮੈਰਿਜ। ਕੀ ਬਾਤ ਹੈ, ਮੈਨੂੰ ਪਤਾ। ਮੈਂ ਕਿਉਂਕਿ ਭੰਗੜੇ ਚ ਉਸ ਵੇਲੇ ਸਟੇਟ ਲੈਵਲ ਤੇ ਪਹੁੰਚ ਗਿਆ ਸੀ, ਸੋ ਪੰਜਾਬੀ ਟ੍ਰਿਬਿਊਨ ਦੇ ਵਿੱਚ ਇੱਕ ਅਸਾਮ ਦੇ ਲੇਖਕ ਸੀਗੇ, ਬੁੱਧਵਾਰ ਦੇ ਸੱਭਿਆਚਾਰਕ ਅੰਕ ਦੇ ਵਿੱਚ ਉਹਨਾਂ ਨੇ ਇੱਕ ਆਰਟੀਕਲ ਲਿਖਿਆ। ਉਹਦਾ ਟਾਈਟਲ ਸੀ ਸੰਭਾਵਨਾਵਾਂ ਭਰਪੂਰ ਭੰਗੜ ਜੀ ਪਰਮਿੰਦਰ ਸਿੰਘ। ਤੇ ਬਸ ਉਹ ਉੱਥੋਂ ਹੋਸਟਲ ਦੇ ਵਿੱਚ ਨਰਸਿੰਗ ਕਰ ਰਹੇ ਸੀ ਵਾਈਫ ਉਸ ਵੇਲੇ, ਦੈਨ ਸ਼ੀ ਕੇਮ ਟੂ ਨੋ ਕਿ ਬੰਦਾ ਵਾਕਈ ਇਸ ਫੀਲਡ ਚ ਹੈਗਾ। ਤੇ ਜਿਹਨਾਂ ਜਿਹਨਾਂ ਵੀ ਬੰਦਿਆਂ ਨੇ ਦੁਨੀਆਂ ਦੇ ਉੱਤੇ ਕਿਸੇ ਵੀ ਖੇਤਰ ਦੇ ਵਿੱਚ ਕੋਈ ਵੀ ਨਾਂ ਕਮਾਇਆ, ਉਹਦੇ ਪਿੱਛੇ ਕਾਫੀ ਕੁਰਬਾਨੀ ਕਰਨੀ ਪੈਂਦੀ, ਕਾਫੀ ਚੁਣੌਤੀਆਂ ਹੁੰਦੀਆਂ। ਆਪਣੇ ਪਿਆਰਿਆਂ ਦੇ ਅੱਗੇ ਕੋਈ ਵੀ ਚੀਜ਼ਾਂ ਪ੍ਰਿੰਟ ਆਊਟ ਕਰਕੇ ਨਹੀਂ ਪੜ੍ਹੀਆਂ ਜਾਂਦੀਆਂ, ਜੋ ਰੂਹ ਤੋਂ ਦਿਲ ਤੋਂ ਗੱਲ ਨਿਕਲਦੀ ਉਹੀ ਅਸਰ ਕਰਦੀ ਆ। ਪਰਮਾਤਮਾ ਦੀ ਕਿਰਪਾ ਨਾਲ ਇੰਨਾ ਦੁਨੀਆਂ ਚ ਵਿਚਰਨ ਯੋਗ ਹੋ ਗਏ ਆ ਕਿ ਕਲਮ ਜਿਹੜੀ ਆ ਉਹ ਲਿਖ ਸਕਦੀ ਆ, ਦੱਸ ਸਕਦੀ ਆ ਕਿ ਅਸਲ ਚ ਦੁਨੀਆਂ ਪਾਰਦਰਸ਼ੀ ਤਰੀਕੇ ਦੇ ਨਾਲ ਕਿਵੇਂ ਦੇਖਦੀ ਆ, ਕਿਵੇਂ ਪੜ੍ਹਦੀ ਆ, ਕਿਵੇਂ ਕਬੂਲਦੀ ਆ। ਬਿਲਕੁਲ, ਤੁਸੀਂ ਆਹ ਜਿਹੜੀ ਗੱਲ ਕਹੀ ਨਾ, ਇਹਦੇ ਤਾਂ ਮਤਲਬ ਕੋਈ ਦੋ ਰਾਵਾਂ ਨਹੀਂ ਹੈ। ਜਿਵੇਂ ਜਿਵੇਂ ਕੋਈ ਤੁਹਾਡੇ ਤੇ ਇਸ ਗੱਲ ਦਾ ਫਖਰ ਮਹਿਸੂਸ ਕਰਾਉਂਦਾ, ਤੁਹਾਨੂੰ ਤੁਹਾਡੇ ਤੇ ਮਾਣ ਮਹਿਸੂਸ ਕਰਦਾ, ਤਿਵੇਂ ਤਿਵੇਂ ਤੁਹਾਡੀ ਜ਼ਿੰਮੇਵਾਰੀ ਵੱਧਦੀ ਜਾਂਦੀ ਆ। ਮੈਂ ਮੰਨ ਕੇ ਚੱਲਦਾ ਕਿ ਜਿਹੜੇ ਚਾਰ ਭਰਾ ਤੁਹਾਡੇ ਨਾਲ ਖੜੇ ਆ ਅੱਜ ਦੇ ਇਹਨਾਂ ਸਮਿਆਂ ਦੇ ਵਿੱਚ ਜਾਂ ਉਤਰਾਅ ਚੜਾਅ ਦੇ ਦੌਰ ਦੇ ਵਿੱਚ, ਤੁਹਾਡਾ ਅਸਲ ਮਾਣ ਉਹ ਹੁੰਦੇ ਆ। ਤੁਸੀਂ ਗੁਜ਼ਰਦੇ ਨਾ ਕਈ ਵਾਰੀ ਉਹ ਰਾਹਾਂ ਵੀ ਤੁਹਾਨੂੰ ਪਛਾਣਨ ਤੋਂ ਨਾ ਕਰ ਜਾਂਦੀਆਂ। ਕਿੱਦਾਂ ਵੀ ਸਾਰੇ ਠੀਕ ਠਾਕ ਜੀ, ਸਵਾਗਤ ਹੈ ਜੀ ਤੁਹਾਡਾ ਦਾ ਐਨ ਦੇ ਡੈਮੀ ਸ਼ੋਅ 'ਚ। ਅੱਜ ਤੁਹਾਨੂੰ ਜਿਵੇਂ ਕਿ ਪਤਾ ਹੈ ਜੀ, ਅੱਜ ਹੈ ਜੀ ਸਾਡਾ ਪਹਿਲਾ ਐਪੀਸੋਡ, ਅਤੇ ਪਹਿਲੇ ਐਪੀਸੋਡ ਆ ਜੀ ਨਾ, ਮੈਂ ਬੜਾ ਕਨਫਿਊਜ਼ ਸੀ ਕਿ ਯਾਰ ਮੈਂ ਕਿਹਨੂੰ ਗੈਸਟ ਸੱਦਾਂ ਕਿ ਜਿਹੜਾ ਕੋਲੋਂ ਮੈਨੂੰ ਕੁਛ ਸਿੱਖਣ ਨੂੰ ਵੀ ਮਿਲੇ ਅਤੇ ਜਿਹੜਾ ਸ਼ੋਅ ਵਾਸਤੇ ਬਲੈਸਿੰਗ ਵੀ ਬਣ ਜੇ। ਫਿਰ ਮੈਂ ਸੋਚਿਆ, ਮੈਂ ਕਿਹਾ ਯਾਰ ਐਸਾ ਇੱਕੋ ਹੀ ਬੰਦਾ ਵਾ ਸਾਡੇ ਵੱਡੇ ਭਾਅ ਜੀ, ਬੜੇ ਰਿਸਪੈਕਟਡ ਪਰਸਨੈਲਿਟੀ ਨਿਊਜ਼ੀਲੈਂਡ ਦੇ ਵਿੱਚ ਜੀ, ਉਹਨਾਂ ਬਾਰੇ ਮੈਂ ਬਾਅਦ 'ਚ ਉਹਨਾਂ ਵੱਲ ਕੈਮਰਾ ਕਰਦਾ, ਪਰ ਪਹਿਲਾਂ ਮੈਂ ਉਹਨਾਂ ਬਾਰੇ ਕੁਛ ਦੋ ਚਾਰ ਚੀਜ਼ਾਂ ਦੱਸਦਾ ਤੁਹਾਨੂੰ। ਇਹ ਔਕਲੈਂਡ ਦੇ ਵਿੱਚ ਮੇਅਰ ਦੇ ਐਥਨਿਕ ਐਡਵਾਈਜ਼ਰ ਨੇ ਜੀ, ਪੁਲਿਸ ਦੇ ਵਿੱਚ ਪਹਿਲੇ ਪਗੜੀਧਾਰੀ ਐਡਵਾਈਜ਼ਰ ਨੇ ਜੀ, ਜਸਟਿਸ ਆਫ ਪੀਸ ਨੇ ਜੀ, ਅਤੇ ਮੀਡੀਆ ਦੇ ਵਿੱਚ ਜੇ ਮੈਂ ਇਹਨਾਂ ਨੂੰ ਬਾਬਾ ਬੋਰਡ ਕਹਿੰਦਾ ਮੀਡੀਆ ਦਾ, ਤਾਂ ਮੈਨੂੰ ਲੱਗਦਾ ਕਿ ਉਹ ਸਭ ਤੋਂ ਵਧੀਆ ਇੱਕ ਵਰਡ ਹੋਊਗਾ ਇਹਨਾਂ ਵਾਸਤੇ। ਬਹੁਤੀ ਦੇਰ ਮੈਂ ਨਹੀਂ ਕਰਦਾ, ਮੈਂ ਵੈਲਕਮ ਕਰਦਾ ਜੀ ਪਰਮਿੰਦਰ ਸਿੰਘ ਪਾਪਾ ਟੋਇਟੋਏ ਉਹਨਾਂ ਦਾ। ਥੈਂਕ ਯੂ ਸੋ ਮਚ ਭਾਅ ਜੀ ਸਾਨੂੰ ਟਾਈਮ ਦੇਣ ਵਾਸਤੇ ਜੀ। ਕਿਹੜਾ, ਸਤਿ ਸ਼੍ਰੀ ਅਕਾਲ ਜੀ ਭਾਅ ਜੀ। ਮੈਂ ਜੇ ਤੁਹਾਨੂੰ ਦੱਸਾਂ ਨਾ, ਤੁਹਾਨੂੰ ਸਭ ਤੋਂ ਪਹਿਲਾਂ ਕਾਰਨ ਅਸੀਂ ਬੜੇ ਕਲੈਵਰ ਇੱਕ ਟੀਮ ਨੇ ਕੰਮ ਕੀਤਾ ਕਿ ਆਪਾਂ ਯਾਰ ਤੁਹਾਨੂੰ ਤਾਂ ਬੁਲਾਉਣਾ ਵਾ ਕਿ ਇੱਕ ਤੇ ਤੁਸੀਂ ਸਾਨੂੰ ਬਲੈਸਿੰਗ ਦੇ ਜੋ, ਇੱਕ ਆਪਾਂ ਤੁਹਾਡੇ ਤੋਂ ਕੁਛ ਪਹਿਲੇ ਐਪੀਸੋਡ 'ਚ ਸਿੱਖ ਲਈਏ, ਤੇ ਨਾਲੇ ਇੱਕ ਹੁੰਦਾ ਨਾ ਜਿਹਨੂੰ ਆਪਾਂ ਵੈਲ ਵਿਸ਼ਰ ਕਹਿੰਦੇ, ਗੁੱਡ ਲੱਕ ਚਾਮ, ਤੁਸੀਂ ਉਹ ਬਣ ਕੇ ਅੱਜ ਸ਼ੋਅ ਤੇ ਆਏ ਜੀ। ਮਿਹਰਬਾਨੀ, ਅਸੀਂ ਸਾਰੇ ਸਿੱਖਦੇ ਹਾਂ ਇੱਕ ਦੂਏ ਤੋਂ, ਇਹਦੇ 'ਚ ਕੋਈ ਸ਼ੱਕ ਨਹੀਂ। ਭਾਜੀ ਸਭ ਤੋਂ ਪਹਿਲੀ ਜੇ ਮੈਂ ਗੱਲ ਕਰਾਂ ਤੇ ਭਾਜੀ ਨੂੰ ਜਦੋਂ ਵੀ ਮਿਲੀਦਾ ਨਾ, ਸਾਰੀਆਂ ਪ੍ਰੋਬਲਮ ਦੂਰ ਹੋ ਕੇ ਪਹਿਲਾਂ ਭਾਜੀ ਦੀ ਸਮਾਈਲ ਇੱਦਾਂ ਹੀ ਖਿੜੇ ਮੱਥੇ ਹੀ ਮਿਲਦੇ ਆ ਜਦੋਂ ਵੀ ਜਾਓ। ਮੈਂ ਕਹਿੰਦਾ ਬੰਦਾ ਜਿੰਨੀ ਮਰਜ਼ੀ ਪ੍ਰੋਬਲਮ 'ਚ ਇਹਨਾਂ ਕੋਲ ਜਾਏ, ਜਿੰਨੇ ਵੀ ਇਹਨਾਂ ਨੂੰ ਜਾਣਦੇ ਮੇਰੀ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਇਹਨਾਂ ਦੀ ਜਿਹੜੀ ਸਮਾਈਲ ਆ ਨਾ, ਇਹ ਸਾਰੇ ਬੰਨੇ ਹੀ ਫੇਮਸ ਆ। ਅਤੇ ਭਾਅ ਜੀ ਸਭ ਤੋਂ ਪਹਿਲਾਂ ਜਿਹੜਾ ਪਹਿਲਾ ਹੀ ਕੁਸਚਨ ਹੈ ਕਿ ਸਮਾਈਲ ਦਾ ਰਾਜ਼ ਕੀ ਆ? ਇਹ ਸਾਡੇ ਮਰਹੂਮ ਉਸਤਾਦ ਇਸਰਾਜ ਕਾਕੂ ਜੀ ਖਾਲਸਾ ਕਾਲਜ ਜਲੰਧਰ ਤੋਂ, ਜਦੋਂ ਉਹਨਾਂ ਨੇ ਭੰਗੜਾ ਸਿਖਾਇਆ ਸੀ ਜੀ, ਉਹਨੇ ਪਹਿਲਾਂ ਸਬਕ ਹੀ ਇਹ ਸਿਖਾਇਆ ਵੀ ਜਿਹੜੇ ਭੰਗੜੇ ਵਾਲੇ ਆ
ਉਹ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਪ੍ਰਤੀਕ ਬਣ ਕੇ ਦੁਨੀਆਂ ਦੇ ਵਿੱਚ ਜੀਂਦੇ ਆ, ਥੀਂਦੇ ਆ, ਵਿਚਰਦੇ ਆ। ਸੋ ਹੱਸਦੇ ਰਹਿਣਾ ਵੀ ਜ਼ਿੰਦਗੀ ਦੀ ਸ਼ਾਨ ਆ ਜੀ। ਔਕੜਾਂ ਦੇ ਸਮੇਂ ਵੀ ਬੰਦੇ ਨੂੰ ਹਮੇਸ਼ਾ ਇਸੇ ਤਰ੍ਹਾਂ ਹੀ ਰਹਿਣਾ ਚਾਹੀਦਾ ਜੀ। ਅਤੇ ਮਤਲਬ ਕਿ ਮੈਂ ਤਾਂ ਤੁਹਾਨੂੰ ਜਿੰਨੀ ਵਾਰੀ ਵੀ ਮਿਲਦਾ ਨਾ, ਮੰਨ ਲਓ ਮੈਂ ਕਈ ਵਾਰ ਤੁਹਾਡੇ ਕੋਲ ਪ੍ਰੋਬਲਮ 'ਚ ਵੀ ਆਇਆ, ਜੇ ਮੈਂ ਤੁਹਾਡੇ ਕੋਲ ਕੋਈ ਸਲਾਹ ਲੈਣਾ ਹੈ, ਕਈ ਵਾਰ ਬੰਦਾ ਸੋਚ ਹੀ ਪਿਆ ਹੁੰਦਾ ਬਾਹਰਲੇ ਮੁਲਕਾਂ 'ਚ ਰਹਿੰਦੇ ਆ, ਅਤੇ ਮੈਨੂੰ ਤਾਂ ਹਰ ਵਾਰੀ ਭਾਅ ਜੀ ਨੇ, ਮੈਂ ਕਹਿੰਦਾ ਵਾ ਕਿ ਇੱਕ ਵਧੀਆ ਤੋਂ ਵਧੀਆ ਸਲਾਹ ਦੇ ਕੇ ਤੋਰਿਆ ਭਾਅ ਜੀ। ਹੁਣ ਜੇ ਮੈਂ ਥੋੜ੍ਹੀ ਜਿਹੀ ਬੈਕਗਰਾਊਂਡ ਦੀ ਗੱਲ ਕਰਾਂ, ਲਿਟਲ ਬਿਟ, ਬਹੁਤ ਜ਼ਿਆਦਾ ਆਪਾਂ ਵਿਸਤਾਰ 'ਚ ਨਹੀਂ ਜਾਂਦੇ, ਕਿਉਂਕਿ ਤੁਸੀਂ ਇੱਕ ਇੰਨੇ ਜ਼ਿਆਦਾ ਐਕਸਪੀਰੀਅੰਸਡ ਹੋ ਜਾਂ ਇੰਨੇ ਜ਼ਿਆਦਾ ਘਟਨਾਵਾਂ 'ਚੋਂ ਨਿਕਲੇ ਆਪਣੀ ਲਾਈਫ ਦੇ ਵਿੱਚ, ਇਹ ਤਾਂ ਮੈਂ ਕਹਿੰਦਾ ਵਾਂ ਕਿ ਇਹ ਮੁੱਕਣੀ ਹੋਈ ਨਹੀਂ ਚੀਜ਼। ਅਤੇ ਬਾਏ ਦੇ ਵੇ ਮੈਂ ਇੱਕ ਚੀਜ਼ ਮੈਂਸ਼ਨ ਕਰਨੀ ਭੁੱਲ ਗਿਆ ਸੀ, ਭਾਅ ਜੀ ਸਾਡੇ ਪਹਿਲੇ ਪੰਜਾਬੀ ਨੇ ਜਿਨ੍ਹਾਂ ਨੇ ਆਪਣੀ ਇੱਕ ਕਿਤਾਬ ਵੀ ਲਿਖੀ ਹੈ ਜੀ, ਕੀਵੀ ਨਾਮ, ਨਿਊਜ਼ੀਲੈਂਡ ਦੇ ਵਿੱਚ, ਅਤੇ ਜਿਹੜੀ ਵਰਲਡ ਵਾਈਡ ਭਾਅ ਜੀ ਨੂੰ ਸਾਰੇ ਜਣੇ ਉਸ ਕਰਕੇ ਵੀ ਜਾਣਦੇ ਆ। ਅਤੇ ਭਾਅ ਜੀ ਆਪਾਂ ਥੋੜ੍ਹਾ ਜਿਹਾ ਬੈਕਗਰਾਊਂਡ ਵਾਲਾ ਆ ਜਾਈਏ ਜੀ, ਅਤੇ ਕਿੱਥੋਂ ਇਹ ਰੁਝਾਨ ਬਣਿਆ ਕਿ ਆਪਾਂ ਮੀਡੀਆ ਵਾਲੇ ਬੰਨੇ ਆਉਣਾ ਵਾ, ਉਹ ਵੀ ਨਿਊਜ਼ੀਲੈਂਡ ਵਰਗੀ ਥਾਂ 'ਤੇ ਆ ਕੇ, ਕਿ ਇੰਡੀਆ ਤੋਂ ਹੀ ਇਹ ਚੀਜ਼ ਵੱਲ ਤੁਸੀਂ ਜ਼ਿਆਦਾ ਮਤਲਬ ਪ੍ਰਭਾਵਿਤ ਸੀ? ਇੱਕ ਨਾ ਬਾਬੇ ਵਾਰਿਸ ਸ਼ਾਹ ਹੋਣਾ ਨੇ, ਵੈਸੇ ਹੀਰ 110 ਬੰਦਿਆਂ ਨੇ ਲਿਖੀ ਆ, ਮੈਂ ਥੋੜ੍ਹਾ ਜਿਹਾ ਜਾਣਕਾਰੀ ਦੇ ਦਿਆਂ। ਉਹਦੇ ਵਿੱਚੋਂ ਭਗਵਾਨ ਸਿੰਘ ਹੋਣਾ ਦੀ ਹੀਰ ਬਹੁਤ ਮਸ਼ਹੂਰ ਹੋਈ ਅਤੇ ਬਾਬੇ ਵਾਰਿਸ ਸ਼ਾਹ ਹੋਣਾ ਦੀ ਹੀਰ ਬਹੁਤ ਮਸ਼ਹੂਰ ਹੋਈ। ਉਹਦੇ ਵਿੱਚ ਨਾ ਇੱਕ ਬਹੁਤ ਸੋਹਣੀ ਗੱਲ ਲਿਖੀ ਹੈ ਕਿ ਐਸਾ ਕੋਈ ਨਾ ਡਿੱਠਾ ਵੇ ਮੈਂ ਢੂੰਡ ਥੱਕੀ, ਜਿਹੜਾ ਗਿਆਨ ਮੋੜ ਲਿਆਉਂਦਾ ਈ। ਲੇਕਿਨ ਮੈਂ ਇਹ ਮੰਨ ਕੇ ਚੱਲਦਾ ਕਿ ਹਾਲਾਤ ਕੁਛ ਇਸ ਤਰ੍ਹਾਂ ਦੇ ਉਸਲਵੱਟੇ ਲੈਂਦੇ ਆ ਜਿਹੜੇ ਗਿਆਨ ਨੂੰ ਵੀ ਮੋੜ ਕੇ ਲਿਆਉਂਦੇ ਆ। ਮੈਂ ਪੇਸ਼ੇ ਵਜੋਂ ਇੱਕ ਮਕੈਨੀਕਲ ਇੰਜੀਨੀਅਰ ਹਾਂ ਜੀ, ਮਕੈਨੀਕਲ ਇੰਜੀਨੀਅਰਿੰਗ ਦੇ ਖੇਤਰ ਦੇ ਵਿੱਚ ਹੀ ਮੈਂ ਪ੍ਰੋਫੈਸਰ ਸੀ। 24 ਸਾਲ ਦੀ ਉਮਰ ਦੇ ਵਿੱਚ ਮੈਂ ਪ੍ਰੋਫੈਸਰ ਲੱਗ ਗਿਆ ਸੀ ਅੰਬਾਲੇ ਮਹਾਰਿਸ਼ੀ ਮਾਰਕੰਡੇਸ਼ਵਰ ਇੰਜੀਨੀਅਰਿੰਗ ਕਾਲਜ ਦੇ ਵਿੱਚ ਜੀ। ਲੇਕਿਨ ਉੱਥੋਂ ਹਾਲਾਤਾਂ ਨੇ ਕੁਝ ਇਸ ਤਰ੍ਹਾਂ ਦੇ ਪਾਸੇ ਵੱਟੇ ਕਿ ਇੱਥੇ ਇਸ ਛੋਟੇ ਪਰ ਖੂਬਸੂਰਤ ਮੁਲਕ ਦੇ ਵਿੱਚ ਤੁਹਾਡੇ ਵਰਗੇ ਮਿੱਤਰਾਂ ਦੀ ਸੇਵਾ 'ਚ ਹਾਜ਼ਰ ਹੋ ਗਿਆ। ਅਤੇ ਮੈਨੂੰ ਇਹ ਵੀ ਲੱਗਦਾ ਕਿ ਕਈ ਕਿੱਤੇ ਕਈ ਥਾਵਾਂ ਕੁਦਰਤ ਨੇ ਤੁਹਾਨੂੰ ਦੇ ਕੇ ਨਿਵਾਜਣਾ ਹੁੰਦਾ। ਸੋ ਕੁਦਰਤ ਨੇ ਜੋ ਜੋ ਫਰਜ਼, ਜੋ ਜੋ ਕਰਜ਼ ਕਿਸੇ ਦੇ ਵੀ ਸਿਰ 'ਤੇ ਜਿੱਥੇ ਲਿਖਿਆ ਹੋਇਆ, ਉਹ ਤਾਰਨ ਦੇ ਲਈ ਬੰਦਾ ਉਹਨਾਂ ਕਿੱਤਿਆਂ 'ਚ ਪ੍ਰਵੇਸ਼ ਕਰ ਜਾਂਦਾ ਜੀ। ਸੋ ਮੈਂ ਇੱਦਾਂ ਹੀ ਹਾਂ ਜੀ। ਕਿਆ ਬਾਤ ਭਾਅ ਜੀ! ਅਤੇ ਭਾਅ ਜੀ ਮੈਨੂੰ ਇੱਕ ਲੱਗਦਾ ਵਾ ਕਿ ਜਿਹੜਾ ਬੰਦਾ ਕਹਿੰਦੇ ਆ ਵੀ ਸਪੈਸ਼ਲੀ ਜਿਹੜਾ ਮੈਰਿਡ ਬੰਦਾ ਹੁੰਦਾ ਵਾ, ਉਹ ਇੰਨਾ ਖੁਸ਼ ਰਹੇ ਨਾ, ਇੰਨੀ ਸਮਾਇਲ ਦੇ, ਉਹਦੇ ਪਿੱਛੇ ਕਹਿੰਦੇ ਆ ਜੀ ਉਹਦੀ ਵਾਈਫ ਦਾ ਜ਼ਰੂਰ ਹੱਥ ਹੁੰਦਾ, ਅਤੇ ਤੁਹਾਡੇ ਬੈਟਰ ਆਫ ਸਾਡੇ ਮਨਦੀਪ ਭਾਬੀ ਜੀ, ਮੈਨੂੰ ਲੱਗਦਾ ਵਾ ਕਿ ਜੀ ਉਹਨਾਂ ਦਾ ਇਸ ਚੀਜ਼ ਦੇ ਵਿੱਚ, ਮੈਂ ਬਹੁਤਾ ਨਹੀਂ ਕਹਿੰਦਾ, ਅਤੇ 80-90% ਤੇ ਹੱਥ ਹੈਗਾ ਜੀ। ਜ਼ਿਆਦਾ ਆ ਜੀ, ਜ਼ਿਆਦਾ ਆ। ਵਿਆਹ ਤੋਂ ਪਹਿਲਾਂ ਮੇਰੇ ਮਾਤਾ ਜੀ ਦਾ ਜੀ, ਅਤੇ ਵਿਆਹ ਤੋਂ ਬਾਅਦ ਫਿਰ ਇੰਟਾਇਰਲੀ ਮੇਰੀ ਸਿੰਘਣੀ ਦਾ, ਮੇਰੇ ਬੱਚਿਆਂ ਦੀ ਪਰਵਰਿਸ਼ ਤੋਂ ਲੈ ਕੇ ਮੇਰੇ ਮਾਂ ਬਾਪ ਦੀ ਲੁੱਕ ਆਫਟਰ ਕਰਨੀ, ਔਰ ਪਰਿਵਾਰ ਦੇ ਵਿੱਚ ਵੱਡੀ ਨੂੰਹ ਹੋਣ ਦੇ ਨਾਤੇ ਇੱਕ ਧੀ ਵਾਂਗ ਵਿਚਰਨਾ, ਅਤੇ ਸਾਰਾ ਕੁਛ ਜਿਹੜਾ ਤਵਜ਼ਨ ਦੇ ਵਿੱਚ ਰੱਖਣਾ, ਇਹ ਔਰਤ ਦੇ ਜ਼ਿੰਦਗੀ ਦੇ ਵਿੱਚ, ਔਰਤ ਦੀ ਜਿਹੜੀ ਰੂਹ ਆ ਉਹਦੇ ਵਿੱਚ ਪਰਮਾਤਮਾ ਨੇ ਸਬਰ ਸੰਤੋਖ ਇੰਨਾ ਭਰਿਆ ਹੋਇਆ, ਕੋਈ ਇੱਕ ਪਰਿਵਾਰ ਨਹੀਂ, ਦੋ ਪਰਿਵਾਰਾਂ ਦੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਂਦੇ ਆ। ਸੋ ਮੇਰੀ ਜ਼ਿੰਦਗੀ 'ਚ ਇਹ ਸਬੱਬ ਬਣਿਆ ਜੀ, ਮਿਹਰਬਾਨੀ ਆ। ਅਤੇ ਭਾਅ ਜੀ ਜੇ ਮੈਂ ਕਹਾਂ ਕਿ ਮੈਨੂੰ ਥੋੜ੍ਹਾ ਜਿਹਾ ਤੁਹਾਡੀ ਜਿਹੜੀ ਸਮਾਈਲ ਆ ਨਾ, ਇਹ ਕਿਤੇ ਨਾ ਕਿਤੇ ਬੜੀ ਰੋਮਾਂਟਿਕ ਜਿਹੀ ਸਮਾਈਲ ਵੀ ਲੱਗਦੀ ਆ। ਤੁਹਾਡੀ ਅਰੇਂਜ ਮੈਰਿਜ ਆ ਕਿ ਲਵ ਮੈਰਿਜ ਆ ਜੀ? ਲਵ ਮੈਰਿਜ ਆ। ਕਿਆ ਬਾਤ ਆ! ਮੈਨੂੰ ਪਤਾ, ਮੈਨੂੰ ਪਤਾ ਸੀ ਜੀ, ਮੈਂ ਕਿਹਾ ਵੀ ਆ ਭਾਅ ਜੀ ਜਿਹੜੇ ਨਾ ਇਹ ਰੋਮਾਂਟਿਕ। ਤੇ ਭਾਅ ਜੀ ਜੇ ਲਵ ਮੈਰਿਜ ਦੀ ਮੈਂ ਗੱਲ ਕਰਾਂ ਜੀ, ਕਿਹਦੇ ਵੱਲੋਂ ਪਹਿਲ ਹੋਈ ਸੀ? ਪਹਿਲ ਅਸਲ 'ਚ ਦੋਵਾਂ ਵੱਲ ਹੀ ਹੋਈ। ਮੈਂ ਕਿਉਂਕਿ ਭੰਗੜੇ 'ਚ ਉਸ ਵੇਲੇ ਸਟੇਟ ਲੈਵਲ 'ਤੇ ਪਹੁੰਚ ਗਿਆ ਸੀ। ਕਿਆ ਬਾਤ ਹੈ! ਸੋ ਪੰਜਾਬੀ ਟ੍ਰਿਬਿਊਨ ਦੇ ਵਿੱਚ ਇੱਕ ਅਸਾਮ ਦੇ ਲੇਖਕ ਸੀਗੇ ਜੀ, ਬੁੱਧਵਾਰ ਦੇ ਸੱਭਿਆਚਾਰਕ ਅੰਕ ਦੇ ਵਿੱਚ ਉਹਨਾਂ ਨੇ ਇੱਕ ਆਰਟੀਕਲ ਲਿਖਿਆ। ਹੁਣ ਦੇਖੋ ਵੀ ਅਸਾਮ ਦਾ ਪੱਤਰਕਾਰ ਆਰਟੀਕਲ ਲਿਖ ਰਿਹਾ, ਅਤੇ ਉਹਨਾਂ ਨੇ ਟ੍ਰਿਬਿਊਨ ਦੇ ਵਿੱਚ ਜਿਹੜੇ ਉਹਨਾਂ ਦੇ ਟਰਾਂਸਲੇਟਰ ਸੀਗੇ ਪੰਜਾਬੀ ਦੇ, ਉਹਨਾਂ ਦੇ ਮੱਦੇਨਜ਼ਰ ਉਹਨੂੰ ਜਿੰਨਾ ਕੁ ਟਰਾਂਸਲੇਟ ਕਰ ਸਕੇ ਉਹਨਾਂ ਨੇ ਲਿਖਿਆ। ਉਹਦਾ ਟਾਈਟਲ ਸੀ ਸੰਭਾਵਨਾਵਾਂ ਭਰਪੂਰ ਭੰਗੜ 'ਚ ਹੀ ਪਰਮਿੰਦਰ ਸਿੰਘ। ਅਤੇ ਬਸ ਉਹ ਉੱਥੋਂ ਹੋਸਟਲ ਦੇ ਵਿੱਚ ਨਰਸਿੰਗ ਕਰ ਰਹੇ ਸੀ, ਵਾਈਫ ਉਸ ਵੇਲੇ,
ਤਾਂ ਉਹਨਾਂ ਨੇ ਉੱਥੋਂ ਪੜ੍ਹ ਕੇ ਤਾਂ ਫਿਰ ਹੌਲੀ 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 ਮੁਲਾਕਾਤਾਂ ਹੋਈਆਂ ਦੈਨ ਸ਼ੀ ਕੇਮ ਟੂ ਨੋ ਕਿ ਬੰਦਾ ਵਾਕਈ ਇਸ ਫੀਲਡ 'ਚ ਹੈਗਾ। ਕੀ ਬਾਤ ਹੈ ਭਾਜੀ ਜੀ। ਭਾਜੀ ਪਰ ਜੇ ਮੈਂ ਗੱਲ ਕਰਾਂ ਕਿ ਜਿਵੇਂ ਜ਼ਿੰਮੇਵਾਰੀਆਂ ਦੀ ਗੱਲ ਆਉਂਦੀ ਹੈ, ਜਿੰਨੇ ਤੁਹਾਨੂੰ ਮੈਂ ਮਹਿਕਮੇ ਦੱਸੇ ਕਿ ਚਾਹੇ ਉਹ ਐਥਨਿਕ ਐਡਵਾਈਜ਼ਰ ਤੁਸੀਂ ਹੋ ਆਕਲੈਂਡ ਕੌਂਸਲ ਦੇ ਵਿੱਚ ਮੇਅਰ ਦੇ ਜੀ, ਜਾਂ ਪੁਲਿਸ ਐਡਵਾਈਜ਼ਰ ਵੀ ਤੁਸੀਂ ਪਹਿਲੇ ਪਗੜੀਧਾਰੀ ਸਿੱਖ ਹੋ, ਕਿਤਾਬ ਵੀ ਤੁਸੀਂ ਇੱਥੇ ਲਿਖੀ ਹੈ ਨਿਊਜ਼ੀਲੈਂਡ, ਮਤਲਬ ਕਿ ਕੋਈ ਇਹੋ ਜਿਹੀ ਚੀਜ਼ ਰਹਿ ਗਈ, ਕੋਈ ਸਕੂਟਰ ਸਕਾਟਰ ਵੀ ਠੀਕ ਕਰ ਲੈਂਦੇ ਹੋ ਕਿਉਂਕਿ ਤੁਸੀਂ ਕੋਈ ਚੀਜ਼ ਛੱਡਦੇ ਰਹੇ ਨਹੀਂ, ਤੁਸੀਂ ਸਾਰਾ ਕੁਛ ਹੀ ਕਰ ਰਹੇ ਹੋ। ਨਹੀਂ ਇਹ ਨਾ ਅਸਲ ਦੇ ਵਿੱਚ ਜਿਹੜੀ ਬਾਹਰ ਵੀ ਆਪਾਂ ਫਿਰ ਗੱਲ ਕਰ ਰਹੇ ਸੀ, ਬਸੰਤੀ ਰੁੱਤ ਦੇ ਪਿੱਛੇ ਬਹੁਤ ਪਤਝੜਾਂ ਲੁਕੀਆਂ ਹੁੰਦੀਆਂ ਜੀ, ਤੇ ਜਿਨ੍ਹਾਂ ਜਿਨ੍ਹਾਂ ਵੀ ਬੰਦਿਆਂ ਨੇ ਦੁਨੀਆ ਦੇ ਉੱਤੇ ਕਿਸੇ ਵੀ ਖੇਤਰ ਦੇ ਵਿੱਚ ਕੋਈ ਵੀ ਨਾਂ ਕਮਾਇਆ, ਉਹਦੇ ਪਿੱਛੇ ਕਾਫੀ ਕੁਰਬਾਨੀ ਕਰਨੀ ਪੈਂਦੀ, ਕਾਫੀ ਚੁਣੌਤੀਆਂ ਹੁੰਦੀਆਂ ਜੀ, ਔਰ ਉਹ ਚੁਣੌਤੀਆਂ ਨੂੰ ਸਰ ਕਰਨ ਦਾ ਜ਼ਿੰਮਾ ਵੀ ਸਾਡੇ ਸਿਰ ਹੀ ਕੁਦਰਤ ਨੇ ਮੜਿਆ ਹੁੰਦਾ। ਤੇ ਜਿੰਨੀ ਛੇਤੀ ਤੁਸੀਂ ਇਸ ਚੀਜ਼ ਨੂੰ ਸਮਝ ਜਾਂਦੇ ਆ, ਨੀਂਦ ਵਿੱਚ ਕਟੌਤੀ ਕਰਦੇ ਹੋ, ਆਪਣਾ ਹੋਮਵਰਕ ਕਰਦੇ ਹੋ, ਉਹਦੇ ਲਈ ਭਾਈ ਕਾਨ ਸਿੰਘ ਨਾਭਾ ਦਾ ਮਹਾਨ ਕੋਸ਼, ਸਾਰੇ ਰਾਤ ਨੂੰ ਸੌਣ ਤੋਂ ਪਹਿਲਾਂ 2 ਪੇਜ ਮੈਂ ਜ਼ਰੂਰ ਪੜ੍ਹਦਾ ਜੀ, ਹੋਰ ਬਹੁਤ ਗੱਲਾਂ ਆ ਜਿਹੜੀਆਂ ਪਿੱਛੇ ਲੁਕੀਆਂ ਹੁੰਦੀਆਂ, ਲੇਕਿਨ ਸਕਰੀਨ ਦੇ ਉੱਤੇ ਜਦੋਂ ਕੋਈ ਵੀ ਬੰਦਾ ਆਉਂਦਾ ਤਾਂ ਉਹਦੇ ਪਿੱਛੇ ਉਹਦੀ ਮਿਹਨਤ, ਉਹਦੇ ਘਰਦਿਆਂ ਦੀਆਂ ਅਸੀਸਾਂ ਅਤੇ ਉਹਦੇ ਪਿਆਰਿਆਂ ਨੇ ਜਿਹੜੀ ਸਮੇਂ ਦੀ ਮੋਹਲਤ ਦਿੱਤੀ ਆ, ਉਹ ਸਪਸ਼ਟ ਨਜ਼ਰ ਆਉਂਦੀ ਆ। ਅਤੇ ਭਾਅ ਜੀ ਸਭ ਤੋਂ ਵੱਡੀ ਜਿਹੜੀ ਗੱਲ, ਕਿਉਂਕਿ ਮੈਂ ਤੁਹਾਨੂੰ ਨਿੱਜੀ ਤੌਰ 'ਤੇ ਵੀ ਜਾਣਦਾ ਵਾਂ, ਜਿਹੜਾ ਫੈਮਿਲੀ ਦਾ ਸਮਾਂ ਤੁਸੀਂ ਸੈਕਰੀਫਾਈਸ ਕਰਦੇ ਹੋ, ਮੈਨੂੰ ਲੱਗਦਾ ਕਿ ਆਊਟ ਆਫ ਆਲ ਉਹ ਸਭ ਤੋਂ ਵੱਡਾ ਸੈਕਰੀਫਾਈਸ ਹੈ ਜੀ। ਭਾਅ ਜੀ ਨੂੰ ਮੈਂ ਜਦੋਂ ਵੀ ਮਿਲਿਆ, ਚਾਹੇ ਰਾਤ ਨੂੰ, ਕਈ ਵਾਰ 10 ਵਜੇ ਲਾ ਲਓ, 11 ਵਜੇ ਲਾ ਲਓ, ਅਰਲੀ ਇਨ ਦੀ ਮੋਰਨਿੰਗ ਲਾ ਲਓ, ਜਦੋਂ ਇਲੈਕਸ਼ਨ ਦਾ ਟਾਈਮ ਸੀ, ਭਾਅ ਜੀ ਨੂੰ ਮੈਂ ਹਮੇਸ਼ਾ ਅਣਥੱਕ ਚਿਹਰੇ 'ਤੇ ਸਮਾਈਲ ਨਾਲ ਮਿਲਿਆ ਵਾ, ਹਮੇਸ਼ਾ ਕੰਮ ਕਰਦੇ ਮੈਨੂੰ ਦਿਖੇ। ਮੈਂ ਇਹਨਾਂ ਨੂੰ ਪੁੱਛਿਆ ਇੱਕ ਦੋ ਵਾਰੀ ਕਿ ਭਾਅ ਜੀ ਸਮਾਂ ਘਰ ਦੇ ਵਿੱਚ ਕਿਵੇਂ ਬਤੀਤ ਹੁੰਦਾ, ਕਹਿੰਦੇ ਕਿ ਯਾਰ ਐਵੇਂ ਵੀ ਆਹ ਚੀਜ਼ਾਂ ਜਿਹੜੀਆਂ ਵਾ ਇਹੀ ਚੀਜ਼ਾਂ ਸੈਕਰੀਫਾਈਸ ਮੰਗਦੀਆਂ ਵਾ। ਸੋ ਲੋਕ ਪ੍ਰੈਜੈਂਟ 'ਤੇ ਜ਼ਰੂਰ ਵੇਖਦੇ ਆ, ਪਰ ਉਹਦੇ ਪਿੱਛੇ ਜਿਹੜੀ ਰੀਅਲ ਲਾਈਫ ਤੋਂ ਪਿੱਛੇ ਜਿਹੜੀ ਰੀਅਲ ਲਾਈਫ ਸੈਕਰੀਫਾਈਸ ਹੁੰਦੀ ਆ ਉਹਨੂੰ ਕੋਈ ਜਲਦੀ ਨਹੀਂ ਵੇਖਦਾ। ਭਾਅ ਜੀ ਜੇ ਮੈਂ ਗੱਲ ਕਰਾਂ ਕਿ ਜਿਵੇਂ ਤੁਸੀਂ ਹੁਣ ਪੁਲਿਸ ਐਡਵਾਈਜ਼ਰ ਹੋ ਜੀ, ਇਸ ਵਜੋਂ ਤੁਹਾਡੀਆਂ ਕਮਿਊਨਿਟੀ ਨੂੰ ਲੈ ਕੇ ਜਿਵੇਂ ਤੁਹਾਡੀਆਂ ਸੇਵਾਵਾਂ ਨੇ ਜੀ, ਇਸ ਵਜੋਂ ਜੇ ਤੁਸੀਂ ਥੋੜਾ ਚਾਨਣ ਪਾਓ ਇਸ ਚੀਜ਼ 'ਤੇ ਵੀ ਇਸ ਪ੍ਰੋਫੈਸ਼ਨ ਦੇ ਵਿੱਚ ਕੀ ਜ਼ਿੰਮੇਵਾਰੀਆਂ ਹਿੱਸੇ ਆਉਂਦੀਆਂ ਨੇ। ਇਹਦਾ ਜਵਾਬ ਥੋੜਾ ਜਿਹਾ ਵੱਡਾ ਹੋ ਜਾਣਾ, ਅਸੀਂ ਜਿਸ ਮੁਲਕ 'ਚ ਰਹਿੰਦੇ ਹਾਂ ਇਹ ਦੇਖਣ ਨੂੰ ਛੋਟਾ ਆ, ਪਰ ਇੱਥੇ ਪ੍ਰਵਾਸੀਆਂ ਦੇ ਵਿੱਚੋਂ 214 ਦੇ ਕਰੀਬ ਵੱਖ ਵੱਖ ਐਥਨਿਕ ਬੈਕਗਰਾਊਂਡ ਦੇ ਲੋਕ ਨੇ। ਜੇ ਮੈਂ ਕਾਉਂਟੀਜ਼ ਮੈਰਿਕੋ ਡਿਸਟ੍ਰਿਕਟ ਦੀ ਗੱਲ ਕਰਾਂ, ਐਵੇਂ ਜਿਹੜੇ ਜਗ੍ਹਾ ਦੇ ਉੱਤੇ ਅਸੀਂ ਬੈਠੇ ਹਾਂ ਇਹ ਕਾਉਂਟੀਜ਼ ਮੈਰਿਕੋ ਡਿਸਟ੍ਰਿਕਟ ਦੇ ਵਿੱਚ ਆਉਂਦਾ ਪਾਪਾ ਟੋਇਟੋ ਜੀ, ਔਰ ਇਹਦੇ ਵਿੱਚ ਹੀ ਪ੍ਰਮੁੱਖ ਤੌਰ ਦੇ ਉੱਤੇ 52 ਦੇ ਕਰੀਬ ਵੱਖ ਵੱਖ ਐਥਨਿਕ ਕਮਿਊਨਿਟੀਜ਼ ਦੇ ਲੋਕ ਰਹਿੰਦੇ ਆ। ਉਹਨਾਂ ਦੀ ਰੀਪ੍ਰਜੈਂਟੇਸ਼ਨ ਪੁਲਿਸ ਦੇ ਵਿੱਚ ਬਾਈ ਆਲ ਮੀਨਸ ਯਕੀਨੀ ਬਣਾਉਣ ਦੇ ਲਈ ਇਹ ਲਾਜ਼ਮੀ ਕਰਾਰ ਦਿੱਤਾ ਗਿਆ ਕਿ ਜੇਕਰ ਸਵਾਰਨ ਆਫਿਸਰ ਜਿਹੜੇ ਹੈਗੇ ਆ ਵੱਖ ਵੱਖ ਕਲਚਰਸ ਦੇ, ਉਹ ਸਰਕਾਰ ਦੀ ਜ਼ਿੰਮੇਵਾਰੀ ਆ, ਲੇਕਿਨ ਉਹਦੇ ਨਾਲ ਨਾਲ ਲੀਏਜ਼ਨ ਕਰਨ ਦੇ ਲਈ, ਜਸਟ ਬ੍ਰਿਜ ਦਾ ਗੈਪ, ਉਹਨਾਂ ਦੇ ਵਿਚਾਲੇ ਇੱਕ ਰਾਬਤਾ, ਇੱਕ ਕੜੀ ਦਾ ਕੰਮ ਕਰਨ ਦੇ ਲਈ ਉਹਨਾਂ ਨੂੰ ਮੇਰੇ ਵਰਗੇ ਜਿਹੜੇ ਨਿਕੰਮੇ ਲੋਕਾਂ ਦੀ ਲੋੜ ਪੈਂਦੀ ਆ। ਸੋ ਉਸ ਰੋਲ ਦੇ ਵਿੱਚ ਫਿਰ ਮੈਨੂੰ ਯੋਗ ਸਮਝਿਆ ਗਿਆ ਜੀ। ਕਮਿਊਨਿਟੀ ਵੱਲੋਂ ਨੋਮੀਨੇਸ਼ਨਸ ਹੋਈਆਂ ਸੀ, ਅਪ੍ਰੈਲ 2016 ਦੇ ਵਿੱਚ ਮੈਂ ਇਸ ਰੋਲ ਦੇ ਵਿੱਚ ਆਪਣੇ ਸਰਕਾਰੀ ਭੇਦ ਗੁਪਤ ਰੱਖਣ ਦੀ ਜਿਹੜੀ ਸਹੁੰ ਚੱਕੀ ਸੀ ਭਾਈਚਾਰੇ ਦੇ ਸਾਰੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਦੇ ਵਿੱਚ, ਅਤੇ ਨਿਰੰਤਰ ਉਹ ਰੋਲ ਜਿਹੜਾ ਹਾਲੇ ਤੱਕ ਜਾਰੀ ਹੈ ਜੀ। ਮੈਂ ਉਮੀਦ ਕਰਦਾ ਕਿ ਜਿੰਨਾ ਕੁ ਵੀ ਹੋ ਸਕਿਆ ਮੈਂ ਉਹਦੇ ਨਾਲ ਇਨਸਾਫ ਕਰਦਾ ਰਿਹਾ ਅਤੇ ਅੱਗੋਂ ਵੀ ਕਰਦਾ ਰਹਾਂਗਾ। ਭਾਅ ਜੀ ਜੇ ਮੈਂ ਇੱਕ ਹੁਣ ਜਿਵੇਂ ਤੁਸੀਂ ਇੰਨੀਆਂ ਇੱਥੇ ਡੈਜ਼ਿਗਨੇਸ਼ਨਸ 'ਤੇ ਪਹੁੰਚ ਗਏ ਜੀ, ਜੇ ਮੈਂ ਤੁਹਾਡੀ ਬੈਕ ਸਕੂਲਿੰਗ ਦੀ ਗੱਲ ਕਰਾਂ, ਤੁਸੀਂ ਬੈਕ ਬੈਂਚਰ ਸੀ ਕਿ ਫਸਟ ਬੈਂਚਰ ਸੀ? ਮੈਂ ਅਸਲ 'ਚ ਨਾ ਵਿਚਾਲੇ ਜਿਹਾ ਸੀ, ਉਹ ਇਸ ਕਰਕੇ ਵਿਚਾਲੇ ਰਹਿ ਗਿਆ ਕਿਉਂਕਿ ਮੈਂ ਐਥਲੈਟਿਕਸ ਦੇ ਵਿੱਚ ਵੀ ਹਿੱਸਾ ਲੈਂਦਾ ਰਿਹਾ ਜੀ, ਭੰਗੜੇ ਵਿੱਚ ਵੀ ਹਿੱਸਾ ਲੈਂਦਾ ਰਿਹਾ ਅਤੇ ਡਿਬੇਟਸ ਦੇ ਵਿੱਚ ਵੀ ਹਿੱਸਾ ਲੈਂਦਾ ਰਿਹਾ। ਸੋ ਉਸ ਚੱਕਰ ਦੇ ਵਿੱਚ ਫਿਰ ਤੁਸੀਂ ਇੱਕ ਮਲਟੀ ਡਿਮੈਂਸ਼ਨਲ ਪਰਸਨੈਲਿਟੀ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਆ, ਉਸ ਚੱਕਰ ਦੇ ਵਿੱਚ ਮੈਂ ਕਲਾਸ ਦੇ ਵਿੱਚੋਂ ਕਦੇ ਤੀਸਰੇ ਕਦੇ ਚੌਥੇ ਨੰਬਰ 'ਤੇ ਆਉਂਦਾ, ਕਿਉਂਕਿ ਜਿਹੜੇ ਪਹਿਲੇ ਅਤੇ ਦੂਜੇ ਨੰਬਰ 'ਤੇ ਉਹ ਭੈਣ ਜੀਆਂ ਦੇ ਨਿਆਣੇ ਫਸਟ ਆਉਂਦੇ ਹੁੰਦੇ ਸੀ, ਇਸ ਕਰਕੇ ਉਹ ਵੀ ਇੱਕ ਧੱਕਾ ਥੋੜ੍ਹਾ ਜਿਹਾ ਮੈਂ ਸਹਿੰਦਾ ਰਿਹਾ, ਲੇਕਿਨ ਕਦੇ ਇਸ ਗੱਲ ਦਾ ਦਿਲ ਦੇ ਵਿੱਚ ਸ਼ਿਕਵਾ ਨਹੀਂ ਰਿਹਾ। ਮੈਨੂੰ ਲੱਗਦਾ ਹੁੰਦਾ ਵੀ ਸ਼ਾਇਦ ਪਰਮਾਤਮਾ ਦੀ ਕਿਰਪਾ ਨਾਲ ਮੈਂ ਉਹਨਾਂ ਨਾਲੋਂ ਕਿਤੇ ਵੱਧ ਕਾਮਯਾਬ ਹੋ ਗਿਆ,
ਕਿਉਂਕਿ ਜੇ ਇੱਕ ਪਾਸੇ ਨਾ ਵੀ ਕਾਮਯਾਬ ਹੁੰਦਾ ਤਾਂ ਦੂਜੇ ਪਾਸੇ ਕਾਮਯਾਬ ਹੋ ਜਾਣਾ ਸੀ। ਜਿਹੜਾ ਡਿਬੇਟ ਸੀ ਮੈਂ ਗੱਲ ਕੀਤੀ ਸ਼ਾਇਦ ਉਸੇ ਕਰਕੇ ਮੈਂ ਮੀਡੀਆ 'ਚ ਆਉਣ ਜੋਗਾ ਹੋ ਗਿਆ ਜੀ। ਪਰ ਭਾਅ ਜੀ ਤੁਸੀਂ, ਮੈਂ ਕਾਮਯਾਬੀ ਪਿੱਛੇ ਜੇ ਮੈਂ ਥੋੜ੍ਹਾ ਜਿਹਾ, ਮੈਂ ਅਗਲੀ ਗੱਲ ਵੀ ਜ਼ਰੂਰ ਕਰਾਂਗਾ, ਬਟ ਜੇ ਮੈਂ ਥੋੜ੍ਹਾ ਜਿਹਾ ਹੁਣ ਤੁਹਾਡੇ ਸਕੂਲਿੰਗ ਟਾਈਮ 'ਤੇ ਪਹੁੰਚਿਆ ਵਾਂ, ਅਤੇ ਮੈਨੂੰ ਇਹ ਵੀ ਪਤਾ ਹੈ ਕਿ ਉਹ ਟਫ ਟਾਈਮ ਸੀਗੇ ਉਹ ਟਾਈਮ ਦੇ ਉੱਤੇ, ਜਿਵੇਂ 84 ਦਾ ਟਾਈਮ ਸੀਗਾ, ਜਾਂ ਤੁਸੀਂ ਉਸ ਚੀਜ਼ ਨੂੰ ਵੀ ਫੇਸ ਕੀਤਾ ਜਿੱਥੇ ਤੱਕ ਮੈਨੂੰ ਪਤਾ ਜੀ। ਇਹੀ ਵਜ੍ਹਾ ਜੀ ਕਿ ਅੱਜ ਮੈਂ ਤੁਹਾਡੇ ਨਾਲ ਜਦੋਂ ਰੂਬਰੂ ਹੋਇਆ ਤਾਂ ਮੈਂ ਆਪਣੇ ਸਿਰ 'ਤੇ ਕੇਸਰੀ ਦਸਤਾਰ ਸਜਾ ਕੇ ਆਇਆ। ਕਿਆ ਬਾਤ ਹੈ। ਜ਼ਿੰਦਗੀ ਦੇ ਵਿੱਚ ਜਦੋਂ ਵੀ ਕਿਤੇ ਮੈਨੂੰ ਇਸ ਤਰ੍ਹਾਂ ਆਪਣੇ ਪਿਆਰਿਆਂ ਦੀ ਕਚਹਿਰੀ ਦੇ ਵਿੱਚ ਰੂਬਰੂ ਹੋਣ ਦਾ ਮੌਕਾ ਮਿਲਦਾ, ਮੈਨੂੰ ਹੁੰਦਾ ਕਿ ਨਹੀਂ, ਆਪਣੀ ਉਹਨਾਂ ਜੜ੍ਹਾਂ ਦੇ ਉੱਤੇ ਮਾਣ ਮਹਿਸੂਸ ਕਰਦੇ ਹੋਏ ਆਪਣੇ ਪਿਆਰਿਆਂ ਦੇ ਸਾਹਮਣੇ ਹੋਵੋ ਜੋ ਅਸਲ 'ਚ ਤੁਸੀਂ ਹੈਗੇ ਹੋ। ਸੋ ਦੋ ਵਾਰ ਮੇਰੇ ਨਾਲ ਘਟਨਾਵਾਂ ਪੇਸ਼ ਆਈਆਂ, ਇੱਕ ਵਾਰ ਬਟਾਲੇ ਦੇ ਵਿੱਚ ਅਤੇ ਇੱਕ ਵਾਰ ਹੁਸ਼ਿਆਰਪੁਰ ਦੇ ਵਿੱਚ। ਬਟਾਲੇ ਉਦੋਂ ਮੈਂ ਪੜ੍ਹ ਰਿਹਾ ਸੀ ਪੁਲਿਸ ਵੱਲੋਂ। ਹਾਂਜੀ ਠੀਕ, ਪੰਜਾਬ ਪੁਲਿਸ ਵੱਲੋਂ। ਉਹ ਸਮਾਂ ਇਹੋ ਜਿਹਾ ਸੀ, ਉਹਦੇ ਮੈਨੂੰ ਲੱਗਦਾ ਵੀ ਤੁਹਾਡੇ ਕੋਲ ਦੋ ਹੀ ਖਾਤੇ ਸੀਗੇ, ਜਾਂ ਤੁਸੀਂ ਇਸ ਪਾਸੇ ਹੋ ਜਾਓ ਜਾਂ ਤੁਸੀਂ ਉਸ ਪਾਸੇ ਹੋ ਜਾਓ। ਉਹ ਦੌਰ ਬਹੁਤ ਮਾੜਾ ਸੀ। ਅੱਜ ਲੋਕ ਮੋਟੇ ਤੌਰ 'ਤੇ 25,000 ਨੌਜਵਾਨਾਂ ਦੀਆਂ ਲਾਸ਼ਾਂ ਦੀ ਗੱਲ ਕਰਦੇ ਆ, ਜਦੋਂ ਅਸੀਂ ਸ਼ਹੀਦ ਭਾਈ ਖਾਲੜਾ ਜੀ ਦੀ ਗੱਲ ਕਰਦੇ ਹਾਂ। ਲੇਕਿਨ ਮੇਰਾ ਇਹ ਮੰਨਣਾ ਹੈ ਕਿ ਉਸ ਤੋਂ ਕਿਤੇ ਵੱਧ ਨੁਕਸਾਨ ਹੋਇਆ। 25-25 ਸਾਲ, 30-30 ਸਾਲ ਸਰਹੱਦੀ ਪਿੰਡਾਂ ਦੇ ਵਿੱਚੋਂ ਬਰਾਤਾਂ ਨਹੀਂ ਉੱਠੀਆਂ। ਅਸੀਂ ਕਿਸਮਤ ਵਾਲੇ ਸੀ, ਸਾਡਾ ਜਿਹੜਾ ਇਲਾਕਾ ਸੀ ਉਹ ਸ਼ਿਵਾਲਕ ਪਹਾੜੀਆਂ ਦੇ ਪੈਰਾਂ ਦੇ ਵਿੱਚ, ਖੂਬਸੂਰਤ ਨਗਰ ਹੁਸ਼ਿਆਰਪੁਰ ਸੀ। ਲੇਕਿਨ ਬਟਾਲੇ ਪੜ੍ਹਦੇ ਹਾਂ ਜਾਂ ਉਸ ਦੌਰ ਦੇ ਵਿੱਚੋਂ ਲੰਘਦਿਆਂ ਬਹੁਤ ਕੁਛ ਇੱਦਾਂ ਦਾ ਇਹਨਾਂ ਅੱਖਾਂ ਨੇ ਦੇਖਿਆ ਔਰ ਪਿੰਡੇ 'ਤੇ ਹੰਡਾਉਣਾ ਪਿਆ। ਮੈਨੂੰ ਲੱਗਦਾ ਸ਼ਾਇਦ ਕਿਤੇ ਨਾ ਕਿਤੇ ਇਹਦੇ ਵਿੱਚ ਮਰਜ਼ੀ ਤਾਂ ਪਰਮਾਤਮਾ ਦੀ ਹੁੰਦੀ ਆ, ਲੇਕਿਨ ਤੁਸੀਂ ਉਹਨਾਂ ਚੁਣੌਤੀਆਂ ਦੇ ਵਿੱਚੋਂ ਮਿੱਟੀ ਦੇ ਕਣ ਬਣ ਕੇ ਨਿਕਲਦੇ ਹਾਂ ਕਿ ਸੋਨੇ ਦੇ ਕਣ ਬਣ ਕੇ ਨਿਕਲਦੇ ਹਾਂ, ਉਹ ਤੁਹਾਡੇ 'ਤੇ ਹੁੰਦਾ ਭਾਅ ਜੀ। ਕਿਉਂਕਿ ਇਸ 'ਤੇ ਇੱਕ ਹਿਸਾਬ ਦੇ ਨਾਲ ਤੁਸੀਂ ਇੰਨੀ ਇੱਥੇ ਗ੍ਰੇਟ ਪਰਸਨੈਲਿਟੀ ਵੀ ਹੋ, ਮੇਰੇ ਹਿਸਾਬ ਦੇ ਨਾਲ ਇਹ ਤਾਂ ਇੱਦਾਂ ਆ ਜੀ ਕਿ ਇੱਕ ਮੂਰਤੀ ਨੂੰ ਜਿਹੜਾ ਤਰਾਸ਼ਣ ਵਾਸਤੇ ਹੋ ਸਕਦਾ ਰੱਬ ਨੇ ਉਹ ਚੀਜ਼ਾਂ ਤੁਹਾਡੀ ਲਾਈਫ ਬਿਲਕੁਲ ਇੱਕ ਚੀਜ਼। ਤੁਸੀਂ ਬਿਲਕੁਲ ਸਹੀ ਕਿਹਾ। ਅਤੇ ਭਾਅ ਜੀ ਇੱਕ ਮੈਂ ਗੱਲ ਜੇ ਹੋਰ ਕਰਾਂ, ਅਤੇ ਮੈਂ ਤੁਹਾਡੀਆਂ ਪੋਸਟ ਨੂੰ ਵੀ ਫੋਲੋ ਕਰਦਾ, ਬਾਕੀ ਸਾਰੇ ਵੀ ਜਿਹੜੇ ਤੁਹਾਨੂੰ ਜਾਣਦੇ ਸਾਰੇ ਜਾਣਦੇ ਆ। ਭਾਅ ਜੀ ਨੂੰ ਘੁੰਮਣ ਫਿਰਨ ਦਾ ਬੜਾ ਸ਼ੌਂਕ ਆ ਭਾਅ ਜੀ, ਤੁਸੀਂ ਮਤਲਬ, ਪਰ ਮੈਂ ਇੱਕ ਚੀਜ਼ ਉਹਦੇ ਵਿੱਚੋਂ ਵੀ ਮੈਂ ਕੱਢੂੰਗਾ, ਘੁੰਮਣ ਫਿਰਨ ਦੇ ਵਿੱਚ ਮੈਂ ਜਦੋਂ ਵੀ ਤੁਹਾਡੀਆਂ ਪੋਸਟ ਵੇਖਦਾ ਵਾਂ, ਉਹਦੇ ਵਿੱਚ ਕੋਈ ਨਾ ਕੋਈ ਆਪਣੇ ਕਮਿਊਨਿਟੀ ਨੂੰ ਲੈ ਕੇ, ਜੇ ਮੈਂ ਸਿੱਖੀਜ਼ਮ ਵਿਸ਼ੇਸ਼ ਦੀ ਗੱਲ ਨਾ ਕਰਾਂ ਤੇ ਜੇ ਮੈਂ ਵਾਈਡਰ ਕਮਿਊਨਿਟੀ ਦੀ ਵੀ ਗੱਲ ਕਰਦਾ, ਉਹਨੂੰ ਲੈ ਕੇ ਕੋਈ ਨਾ ਕੋਈ ਵਿੱਚ ਮੈਸੇਜ ਹੁੰਦਾ। ਮਤਲਬ ਤੁਸੀਂ ਪੁਰਾਣੀਆਂ ਹਿਸਟਰੀਜ਼ ਨੂੰ ਜਾ ਕੇ ਫੋਲ ਲੈਂਦੇ ਹੋ ਕਿ ਇੱਥੇ ਆਪਣੇ ਇੰਡੀਅਨ ਡੈਸਪੋਰਾ ਕਦੋਂ ਇੱਥੇ ਪ੍ਰਫੁੱਲਿਤ ਹੋਇਆ ਸੀ, ਇੱਥੇ ਸਾਡੇ ਸਿੱਖ ਕਦੋਂ ਆਏ ਸੀ, ਘੁੰਮਣ ਫਿਰਨ ਦਾ ਸ਼ੌਂਕ ਕਿੱਥੋਂ ਪਿਆ ਤੇ ਕਿਵੇਂ ਸਾਰੀਆਂ ਚੀਜ਼ਾਂ ਸਟਾਰਟ ਹੋਈਆਂ? ਟੁੱਟੇ ਪੱਤੇ ਤੇ ਸ਼ਾਇਰ ਦੋਵੇਂ ਫੱਕਰ ਹੁੰਦੇ ਨੇ, ਦੋਵਾਂ ਦੇ ਹੀ ਪੈਰੀ ਯਾਰੋ ਚੱਕਰ ਹੁੰਦੇ ਨੇ। ਸੋ ਇਹ ਪੈਰ ਚੱਕਰ ਜਿਹੜਾ ਨਾ ਮਾਇਕ ਮਿੱਠਾ ਕਰਤਾ ਕਰਦੇ ਨਾ, ਮੈਨੂੰ ਇਸ ਗੱਲੋਂ ਸ਼ੁਰੂਆਤੀ ਦੌਰ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਕੋਸਦੇ ਰਹੇ, ਰੋਕਦੇ ਰਹੇ। ਲੇਕਿਨ ਹੁਣ ਹਾਲਾਤ ਇਹ ਹੋ ਗਿਆ ਵੀ ਜਦੋਂ ਮੈਂ ਐਮੀ ਵਾਂਗੂ ਕਮਾਉਣ ਖਾਣ ਜੋਗਾ ਹੋਇਆ, ਚਾਹੇ ਮੇਰੀ ਤਨਖਾਹ ਜਦੋਂ $350 ਸੀ ਹਫ਼ਤੇ ਦੀ, ਮੈਂ ਉਦੋਂ $50 ਇੱਕ ਪਾਸੇ ਰੱਖਦਾ ਰਿਹਾ। ਹੁਣ ਜਦੋਂ ਤਨਖਾਹ ਥੋੜ੍ਹੀ ਜਿਹੀ ਵਧੀ ਆ, ਹੁਣ ਜਦੋਂ ਐਮੀ ਦੀ ਤਨਖਾਹ ਦੇ ਬਰਾਬਰ ਤਨਖਾਹ ਹੋ ਗਈ, ਹੁਣ ਮੈਂ $100 ਪਾਸੇ ਰੱਖ ਲੈਣਾ। ਅਤੇ ਉਹਦੇ 'ਚ ਮੈਨੂੰ ਮੇਰੇ ਘਰ ਦੇ, ਮੇਰੇ ਬੱਚੇ, ਮੇਰੇ ਮਾਂ ਬਾਪ, ਮੇਰੇ ਭੈਣਾਂ ਭਰਾ ਕਦੇ ਵੀ ਰੋਕਦੇ ਟੋਕਦੇ ਨਹੀਂ। ਉਹਨਾਂ ਨੂੰ ਪਤਾ ਵੀ ਇਹਨੂੰ ਜ਼ਿੰਦਗੀ 'ਚ ਇਹੀ ਇੱਕ ਐਬ ਆ, ਅਤੇ ਉਹ ਇੱਕ ਹੈ ਤਾਂ ਦੂਜੇ ਪਾਸੇ ਨੂੰ ਕਹਿਣ ਵਾਲੀ ਬੋਲੀ, ਲੇਕਿਨ ਪੰਜਾਬ ਦੀ ਲੋਕ ਧਾਰਾ ਦੇ ਵਿੱਚ ਬੋਲੀ ਆ, ਸਦਾ ਵੈਲੀਆਂ ਨੇ ਵੈਲ ਕਮਾਉਣੇ, ਬਾਬੇ ਭਾਵੇਂ ਦੇਣ ਗਾਲੀਆਂ। ਸੋ ਮੇਰਾ ਵੈਲ ਇਹੀ ਆ ਜੀ। ਤੇ ਅਫਕੋਰਸ ਭਾਅ ਜੀ, ਜਿਵੇਂ ਇੱਕ ਮੈਰਿਡ ਮੈਨ ਦੀ ਲਾਈਫ ਜਿਹੜੀ ਹੁੰਦੀ ਹੈ, ਮੈਂ ਵੀ ਮੈਰਿਡ ਹਾਂ, ਜਦੋਂ ਇੰਨਾ ਜ਼ਿਆਦਾ ਤੁਸੀਂ ਮਤਲਬ ਬਿਜ਼ੀ ਹੋ, ਇੰਨੇ ਜ਼ਿਆਦਾ ਰੁਚੀਆਂ ਦੇ ਵਿੱਚ ਤੁਸੀਂ ਆਉਂਦੇ ਜਾਂਦੇ ਹੋ, ਘਰੋਂ ਕਦੀ ਕੋਈ ਅਫਕੋਰਸ ਸਪੋਰਟ ਤਾਂ ਇੱਕ ਹੁੰਦੀ ਆ, ਪਰ ਕਿਤੇ ਨਾ ਕਿਤੇ ਕੋਈ ਨਾ ਕੋਈ, ਕਦੀ ਕਈ ਵਾਰ ਫੈਮਿਲੀ ਵੱਲੋਂ ਚਾਹੇ ਬੱਚਿਆਂ ਵੱਲੋਂ ਕੋਈ ਨਾ ਕੋਈ ਗਿਲਾ ਚਿੱਕ ਬਣਦਾ, ਕਦੀ ਕੋਈ ਇਹੋ ਜਿਹੀ ਕੰਪਲੇਂਟ ਆਉਂਦੀ ਹੈ ਕਿ ਤੁਸੀਂ ਸਾਨੂੰ ਮਤਲਬ ਉਹ ਬਣਦਾ ਟਾਈਮ ਨਹੀਂ ਦੇ ਰਹੇ, ਜਾਂ ਤੁਸੀਂ ਉਹ ਚੀਜ਼ ਸੈਕਰੀਫਾਈਸ ਕਰ ਰਹੇ ਹੋ? ਉਹ ਅਫਕੋਰਸ ਦੇ ਆਰ ਪ੍ਰਾਊਡ ਆਫ ਯੂ, ਬਟ ਬੈਕ ਆਫ ਦੀ ਹੈਂਡ ਕਦੀ ਇਹੋ ਜਿਹੀ ਚੀਜ਼ ਕਦੀ ਕਰਦਿਆਂ ਵੱਲੋਂ
ਮੈਨੂੰ ਇਹ ਕਹਿਣ ਦੀ ਇਜਾਜ਼ਤ ਦਿਓ ਵੀ ਉਹਨਾਂ ਵੱਲੋਂ ਕਦੇ ਬਹੁਤਾ ਸ਼ਿਕਵਾ ਨਹੀਂ ਹੋਇਆ, ਲੇਕਿਨ ਪਿੱਛੇ ਜਿਹੇ ਮੇਰੀ ਧੀ ਰਾਣੀ ਦਾ 21ਵਾਂ ਜਨਮ ਦਿਨ ਸੀ, ਉੱਥੇ ਮੈਂ ਸਾਰਿਆਂ ਦੇ ਸਾਹਮਣੇ ਕਨਫੈਸ ਕੀਤਾ, ਮੈਂ ਖੁੱਲ੍ਹ ਕੇ ਮੰਨਿਆ ਇਸ ਗੱਲ ਨੂੰ ਕਿ ਮੈਂ ਆਪਣੇ ਬੱਚਿਆਂ ਨੂੰ ਉਹਨਾਂ ਸਮਾਂ ਨਹੀਂ ਦੇ ਸਕਿਆ ਜਿੰਨਾ ਮੈਨੂੰ ਦੇਣਾ ਚਾਹੀਦਾ ਸੀ। ਫਾਦਰ ਸਪੀਚ ਹੈ, ਬਿਲਕੁਲ ਬਿਲਕੁਲ, ਉਹ ਮੈਂ ਮੈਨੂੰ ਲੱਗਦਾ ਹੁੰਦਾ ਖੁੱਲ੍ਹ ਕੇ ਕਹਿ ਦੇਣੀ ਚਾਹੀਦੀ ਆਪਣੀ ਗੱਲ, ਆਪਣੇ ਪਿਆਰਿਆਂ ਦੇ ਅੱਗੇ ਕੋਈ ਵੀ ਚੀਜ਼ਾਂ ਪ੍ਰਿੰਟ ਆਊਟ ਕਰਕੇ ਨਹੀਂ ਪੜ੍ਹੀਆਂ ਜਾਂਦੀਆਂ, ਜੋ ਰੂਹ ਤੋਂ ਦਿਲ ਤੋਂ ਗੱਲ ਨਿਕਲਦੀ ਉਹੀ ਅਸਰ ਕਰਦੀ ਆ। ਸੋ ਬੱਚੇ ਵੀ ਇਸ ਗੱਲ ਨੂੰ ਮੰਨਦੇ ਆ ਕਿ ਨਹੀਂ ਠੀਕ ਆ ਵੀ ਜਿੰਨਾ ਕੁ ਤੁਸੀਂ ਪਿਤਾ ਜੀ ਸਮਾਂ ਸਾਨੂੰ ਦੇ ਸਕੇ ਸਾਡੇ ਧੰਨ ਭਾਗ। ਬਾਕੀ ਮੈਂ ਇੱਕ ਗੱਲੋਂ ਬਹੁਤ ਕਿਸਮਤ ਵਾਲਾ ਰਿਹਾ, ਅਸੀਂ ਕਿਉਂਕਿ ਸਾਂਝੇ ਪਰਿਵਾਰ 'ਚ ਰਹੇ ਜੀ, ਸੋ ਚਾਚੇ ਭੂਆ ਦਾਦਾ ਦਾਦੀ ਉਹ ਸਾਰੇ ਨਾਲ ਸੀਗੇ ਜੀ, ਜਿਸ ਕਰਕੇ ਕਮੀ ਕਦੇ ਬਹੁਤੀ ਮਹਿਸੂਸ ਹੋਈ ਨਹੀਂ। ਵੈਸੇ ਵੀ ਕੋਈ ਬੱਚਿਆਂ ਨੇ ਜ਼ਿੱਦ ਕਰਨੀ ਹੁੰਦੀ ਤਾਂ ਉਹ ਬਾਪੂ ਅੱਗੇ ਘੱਟ ਜਾਂਦੇ ਆ, ਚਾਚੇ ਤੇ ਭੂਆ ਨੂੰ ਵੱਧ ਕਹਿੰਦੇ ਆ। ਇਸੇ ਕਰਕੇ ਭਾਜੀ ਇਹ ਪੁਰਾਣੀਆਂ ਕਹਾਵਤਾਂ ਵੀ ਆ ਜੀ, ਸਾਂਝਾ ਪਰਿਵਾਰ ਸੁਖੀ ਪਰਿਵਾਰ ਜੀ, ਕਿ ਜਿਵੇਂ ਹੁਣ ਇੱਥੇ ਜਿਵੇਂ ਮੰਨ ਲਓ ਸਾਡੇ ਅੱਗੇ ਬੇਬੀ ਵੀ ਹੁੰਦੇ ਆ, ਬੱਚੇ ਹੁੰਦੇ, ਉਹਨਾਂ ਨੂੰ ਪਾਲਣਾ ਔਖਾ ਹੋ ਜਾਂਦਾ, ਤੇ ਇੰਡੀਆ ਦੇ ਵਿੱਚ ਪੰਜਾਬ 'ਚ ਸਾਨੂੰ ਪਤਾ ਵੀ ਨਹੀਂ ਲੱਗਦਾ ਬੱਚਾ ਕਿਹੜੇ ਵੇਲੇ ਪੜ ਗਿਆ। ਕੀ ਬਾਤ ਆ, ਇਦਾਂ ਹੀ ਆ, ਸਾਂਝਾ ਪਰਿਵਾਰ ਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਹੁੰਦਾ ਜੀ। ਜਿਵੇਂ ਕਿ ਭਾਜੀ ਮੈਨੂੰ ਪਤਾ ਕਿ ਤੁਹਾਨੂੰ ਸ਼ੇਰੋ ਸ਼ਾਇਰੀ ਨਾਲ ਬਹੁਤ ਜ਼ਿਆਦਾ ਪਿਆਰ ਆ, ਤੇ ਥੋੜੇ ਦਿਨ ਪਹਿਲਾਂ ਬੜੀ ਦੁਖਦਾਈ ਖਬਰ ਸਾਡੇ 'ਚ ਆਈ ਸੀ ਕਿ ਸੁਰਜੀਤ ਪਾਤਰ ਹੋਰੀ ਜਿਹੜੇ ਉਹ ਸਾਨੂੰ ਦੁਨਿਆਵੀ ਵਿਛੋੜਾ ਦੇ ਗਏ ਆ ਜੀ, ਤੇ ਤੁਸੀਂ ਉਹਨਾਂ ਨੂੰ ਬਹੁਤ ਜ਼ਿਆਦਾ ਕਰੀਬੀ ਪੜ੍ਹਿਆ ਵੀ ਆ, ਮਿਲੇ ਵੀ ਹੋ, ਸੁਣਿਆ ਵੀ ਆ, ਤੇ ਉਹਨਾਂ ਦੀਆਂ ਕੋਈ ਦੋ ਲਾਈਨਾਂ ਜਾਂ ਉਹਨਾਂ ਨੂੰ ਕੋਈ ਸ਼ਰਧਾਂਜਲੀ ਵਜੋਂ ਤੁਸੀਂ ਜੇ ਕੁਛ ਦੋ ਬੋਲ ਸਾਡੇ ਨਾਲ ਸਾਂਝੇ ਕਰੋ। ਉਹਨਾਂ ਦੀਆਂ ਜਿਹੜੀਆਂ ਵਜ਼ਨਦਾਰ ਸ਼ਾਇਰੀ ਦੀਆਂ ਗੱਲਾਂ ਉਹ ਅਕਸਰ ਲੋਕਾਂ ਨੇ ਸੁਣੀਆਂ ਕੀਤੀਆਂ, ਉਹਨਾਂ ਦਾ ਪ੍ਰਭਾਵ ਕਬੂਲਿਆ, ਪਰ ਇੱਕ ਹਲਕੀਆਂ ਫੁਲਕੀਆਂ ਗੱਲਾਂ ਜਿਹੜੀਆਂ ਅਸੀਂ ਮਰਾਜਤਾਈ ਬੀਚ ਦੇ ਉੱਤੇ ਇਕੱਠੇ ਘੁੰਮਦਿਆਂ ਕੀਤੀਆਂ ਸੀ, ਉਹ ਸ਼ਾਇਰੀ ਥੋੜ੍ਹੀ ਜਿਹੀ ਮੈਂ ਨਜ਼ਰ ਕਰਦਾ ਕਿ ਜੀ ਤਾਂ ਬਹੁਤ ਕਰਦਾ ਮੇਰਾ ਮਿਲਣ ਆਉਣ ਨੂੰ, ਪਰ ਮਿਲਦੀ ਨਹੀਂ ਮੁਸਕਾਨ ਹੀ ਹੋਠੀ ਸਜਾਉਣ ਨੂੰ, ਹੋਠਾਂ 'ਤੇ ਹਾਸਾ ਰਹਿ ਗਿਆ ਦੰਦਾਸਾ ਮਰ ਗਿਆ, ਇਹੀ ਰਹਿਣ ਦੇ ਹਾਸਿਆਂ ਦਾ ਭਰਮ ਪਾਉਣ ਨੂੰ, ਟੁੱਟਿਆ ਇਹਨਿਓ ਗੂੜਾ ਜਿਹਾ ਚਸ਼ਮਾ ਖਰੀਦ ਲੈ, ਟੁੱਟਿਆ ਇਹਨਿਓ ਗੂੜਾ ਜਿਹਾ ਚਸ਼ਮਾ ਖਰੀਦ ਲੈ, ਰੋ ਰੋ ਕੇ ਸੁੱਜੀਆਂ ਸੋਹਣੀਆਂ ਅੱਖੀਆਂ ਲੁਕਾਉਣ ਨੂੰ, ਕੁਝ ਸੂਟ ਲਾਂਬੇ ਸਾਂਭ ਕੇ ਰੱਖ ਗੂੜੇ ਰੰਗ ਦੇ, ਕੱਚੇ ਦੀ ਕੱਚੀ ਯਾਰੀ ਟੁੱਟੀ 'ਤੇ ਪਾਉਣ ਨੂੰ, ਲੰਘਾਂਗੇ ਤੇਰੀ ਗਲੀ ਵੀ ਇੱਕ ਦਿਨ ਛਨਨ ਛਨਨ, ਲੰਘਾਂਗੇ ਤੇਰੀ ਵੀ ਗਲੀ ਇੱਕ ਦਿਨ ਛਨਨ ਛਨਨ, ਤੇਰੇ ਬਿਨ ਵੀ ਜੀ ਰਹੇ ਹਾਂ ਇਹ ਦਿਖਾਉਣ ਨੂੰ, ਜੀ ਤਾਂ ਬਹੁਤ ਕਰਦਾ ਮੇਰਾ ਮਿਲਣ ਆਉਣ ਨੂੰ, ਪਰ ਮਿਲਦੀ ਨਹੀਂ ਮੁਸਕਾਨ ਹੀ ਹੋਠੀ ਸਜਾਉਣ ਨੂੰ। ਕਿਆ ਬਾਤ ਆ ਭਾਜੀ, ਕਿਆ ਬਾਤ ਆ, ਮਤਲਬ ਸੁਰਜੀਤ ਪਾਤਰ ਸਾਹਿਬ ਹੋਰੀ ਦੇ ਇਹੋ ਜਿਹੀ ਪਰਸਨੈਲਿਟੀ ਸੀ ਕਿ ਉਹਨਾਂ ਦੀ ਗੱਲ ਕਰਨਾ ਵੀ ਕਈ ਵਾਰ ਗੁਸਤਾਖੀ ਲੱਗਦਾ ਵਾ ਕਿ ਉਹਨਾਂ ਦੀ ਕਿਤੇ ਸ਼ਾਨ ਦੇ ਵਿੱਚ ਕੋਈ ਉੱਪਰ ਥੱਲੇ ਕੋਈ ਗੱਲ ਨਾ ਹੋ ਜਾਵੇ, ਉਹਨਾਂ ਦੀ ਤੇ ਰਿਸਪੈਕਟਡ ਪਰਸਨੈਲਿਟੀ। ਭਾਜੀ ਹੁਣ ਜੇ ਮੈਂ ਗੱਲ ਕਰਾਂ ਕਿ ਜਿਵੇਂ ਕਿ ਤੁਹਾਨੂੰ ਮੈਂ ਕੋਈ ਵੀ ਤੁਹਾਨੂੰ ਕਦੀ ਵੀ ਕੋਈ ਵੀ ਮਿਲਦਾ ਨਾ ਤੁਹਾਨੂੰ ਕੋਈ ਵੀ ਸਵਾਲ ਕਰਦਾ, ਤੇ ਤੁਸੀਂ ਹਮੇਸ਼ਾ ਉਹਨੂੰ ਨਾ ਇੱਕ ਤੱਤ ਜੇ ਇੱਕ ਪੇਸ਼ ਕਰਦੇ ਹੋ ਨਾਲ ਥੋੜੀ ਬਹੁਤੀ, ਤੇ ਘਰੇ ਜਿੱਦਾਂ ਕੋਈ ਤੁਹਾਨੂੰ ਕੋਈ ਜਿੱਦਾਂ ਪਾਣੀ ਮੰਗਦੇ ਹੋ ਸਿੱਧੇ ਕਹਿੰਦੇ ਕਿ ਗਲਾਸ ਦੇ ਦਿਓ ਕਿ ਜਾਂ ਉਹਦੇ ਪਿੱਛੇ ਪਹਿਲਾਂ ਇੱਕ ਸ਼ੇਰੋ ਸ਼ਾਇਰੀ ਕਰਦੇ ਹੋ ਤੇ ਫਿਰ ਗਲਾਸ ਮਿਲਦਾ। ਮੈਂ ਤੁਹਾਨੂੰ ਇੱਕ ਮਜ਼ਾਕ ਦੀ ਗੱਲ ਦੱਸਦਾ। ਹਾਂਜੀ, ਸੁਰਜੀਤ ਬਿੰਦਰਖੀਆ ਸਾਹਿਬ ਬੜੇ ਮਹਾਨ ਗਾਇਕ ਹੋਏ ਆ ਜੀ, ਉਹਨਾਂ ਦੀ ਜਦੋਂ ਬਰਸੀ ਆਉਂਦੀ ਉਹਨਾਂ ਦਿਨਾਂ ਦੇ ਵਿੱਚ ਮੈਂ ਨਾ ਰਾਤ ਨੂੰ 2:30 ਵਜੇ ਮੇਰੀ ਅੱਖ ਖੁੱਲ ਗਈ ਤੇ ਵਾਕ ਇਨ ਵਾਰਡਰੋਬ ਦੇ ਵਿੱਚ ਮੈਂ ਲਾਈਟ ਜਗਾ ਕੇ ਭੁੰਜੇ ਬਹਿ ਕੇ ਚੌਂਕੜੀ ਮਾਰ ਕੇ ਲਿਖਣ ਲੱਗ ਪਿਆ। ਕਿਆ ਬਾਤ, ਤੇ ਸਿੰਘਣੀ ਨੇ ਇਕਦਮ ਦੇਖਿਆ ਵੀ ਸਿੰਘ ਜੀ ਬੈੱਡ ਤੋਂ ਗਏ ਵਾ ਕਿੱਥੇ ਗਏ, ਤੇ ਉਹਨਾਂ ਦੇਖਿਆ ਵਾਕ ਇਨ ਵਾਰਡਰੋਬ ਦੇ ਵਿੱਚ ਬੈਠਾ ਲਿਖ ਰਿਹਾ ਮੈਂ, ਉਹਨਾਂ ਨੇ ਆ ਕੇ ਮੈਨੂੰ ਡਿਸਟਰਬ ਨਹੀਂ ਕੀਤਾ। ਜਦੋਂ ਮੈਂ ਆਪਣਾ ਆਰਟੀਕਲ ਖਤਮ ਕਰਕੇ ਕਾਗਜ਼ ਤੇ ਕਲਮ ਪਾਸੇ ਰੱਖਣ ਲੱਗਾ, ਉਹ ਮੈਨੂੰ ਕਹਿੰਦੇ ਕਿ ਮੈਂ ਤੁਹਾਡੇ ਲਈ ਕੌਫੀ ਬਣਾ ਕੇ ਲਿਆਵਾਂ ਕਿ ਚਾਹ ਬਣਾ ਕੇ ਲਿਆਵਾਂ। ਮੈਂ ਅਚਨਚੇਤ ਟਾਈਮ ਦੇਖਿਆ ਤੇ ਸਵੇਰ ਦੇ ਲਗਭਗ 3:15 ਦਾ ਸਮਾਂ ਸੀ। ਮੈਂ ਕਿਹਾ ਵੀ ਮਨਦੀਪ ਮੈਂ ਰੀਅਲੀ ਸੌਰੀ ਹਾਂ ਕਿ ਮੈਨੂੰ ਬਿੰਦਰਖੀਏ ਦੇ ਨਾਂ ਦਾ ਬੁਖਾਰ ਚੜਿਆ ਹੋਇਆ ਸੀ, ਮੈਨੂੰ ਲੱਗਿਆ ਕਿ ਜੇ ਮੈਂ ਇਹਨਾਂ ਚੀਜ਼ਾਂ ਨੂੰ ਹੁਣ ਕਾਗਜ਼ ਦੀ ਹਿੱਕ ਤੇ ਨਹੀਂ ਲਾਉਂਦਾ ਜੀ ਤਾਂ ਸ਼ਾਇਦ ਮੈਨੂੰ ਨੀਂਦ ਮੁੜ ਕੇ ਆਉਣੀ ਨਹੀਂ, ਤੇ ਸ਼ਾਇਦ ਉਹ ਇੱਦਾਂ ਹੁੰਦਾ ਜੀ, ਇੱਦਾਂ ਸਾਰੇ ਲੇਖਕਾਂ ਨਾਲ ਲਗਭਗ ਜਿਵੇਂ ਸਰਤਾਜ ਕਹਿੰਦੇ ਜੀ ਆਮਦ ਹੋ ਗਈ, ਆਮਦ ਹੁੰਦੀ, ਬਿਲਕੁਲ ਹੁੰਦੀ ਆ ਜੀ, ਔਰ ਕੁਦਰਤੀ ਮਰਜ਼ੀ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਹਾਂਜੀ,
ਤਾਂ ਉਹ ਜਦੋਂ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਮੈਨੂੰ ਪੁੱਛਿਆ ਕਿ ਮੈਂ ਤੁਹਾਡੇ ਲਈ ਕੌਫੀ ਬਣਾ ਕੇ ਲਿਆਵਾਂ ਕਿ ਚਾਹ ਬਣਾ ਕੇ ਲਿਆਵਾਂ, ਤਾਂ ਮੈਨੂੰ ਅੰਮ੍ਰਿਤਾ ਪ੍ਰੀਤਮ ਦੀ ਇੱਕ ਲਾਈਨ ਯਾਦ ਆ ਗਈ ਕਿ ਰਲ ਗਈ ਸੀ ਇਸ ਵਿੱਚ ਇੱਕ ਬੂੰਦ ਤੇਰੇ ਇਸ਼ਕ ਦੀ, ਕਿਆ ਬਾਤ, ਇਸ ਲਈ ਮੈਂ ਉਮਰ ਦੀ ਸਾਰੀ ਕੜੱਤਣ ਪੀ ਲਈ। ਕਿਆ ਬਾਤ, ਮਤਲਬ ਕਿ ਤੁਸੀਂ ਫੋਰਸਫੁਲੀ ਇਹ ਕਹਿ ਰਹੇ ਹੋ ਕਿ ਮੇਰੇ ਨਾਲ ਚੱਲੋ, ਪਰ ਕਿਆ ਬਾਤ ਹੈ ਜੀ, ਮਜ਼ਾਕ ਦੀ ਗੱਲ ਮਜ਼ਾਕ ਦੇ ਨੇ ਜੋਕ ਸਰ ਪਾਟ, ਪਰ ਭਾਬੀ ਜੀ ਹੁਰੀ ਇਹਨਾਂ ਦੇ ਨਾਲ, ਭਾਜੀ ਦੇ ਨਾਲ ਮੈਂ ਹਮੇਸ਼ਾ ਵੇਖਿਆ ਵਾ, ਸ਼ੀ ਇਜ਼ ਅ ਪ੍ਰਾਊਡ ਵਾਈਫ। ਈਵਨ ਇਹਨਾਂ ਦੇ ਜਨਮ ਦਿਨ 'ਤੇ ਵੀ ਉਹਨਾਂ ਨੇ ਜਿਹੜੀ ਪੋਸਟ ਪਾਈ ਸੀ ਉਹ ਪਤਾ ਲੱਗਦਾ ਸੀ ਕਿ ਇੱਕ ਪ੍ਰਾਊਡ ਵੁਮੈਨ ਵਾਲੋਂ, ਇੱਕ ਪ੍ਰਾਊਡ ਮਦਰ, ਇੱਕ ਪ੍ਰਾਊਡ ਵਾਈਫ ਵਜੋਂ ਉਹ ਇੱਕ ਪੋਸਟ ਆਈ ਹੈ। ਭਾਜੀ ਜਿਵੇਂ ਹੁਣ ਕਿਤਾਬ ਦੀ ਜੇ ਗੱਲ ਕਰੀਏ, ਤੁਸੀਂ ਕਿਤਾਬ ਲਿਖੀ ਕਿਵੀ ਨਾਮਾ, ਵਧੀਆ ਆਪਾਂ ਸਾਰਿਆਂ ਨੇ ਪੜ੍ਹੀ ਜੀ, ਉਹ ਪ੍ਰੇਰਨਾ ਕਿੱਥੋਂ ਆਈ, ਇਸੇ ਚੀਜ਼ ਤੋਂ ਕਿ ਤੁਹਾਨੂੰ ਲਿਖਣ ਦਾ ਬਹੁਤ ਸ਼ੌਂਕ ਹੈ ਜਾਂ ਵਿਚਾਰਾਂ ਨੂੰ ਤੁਸੀਂ ਸੋਚਿਆ ਕਿ ਹੁਣ ਸ਼ਬਦਾਂ 'ਚ ਪਰੋਦੀਏ? ਮੈਂ ਨਾ ਜੀ ਹਮੇਸ਼ਾ ਮੇਰੇ ਨਾਲ ਨਿੱਕਾ ਵੀਰ ਨਵਤੇਜ ਰੰਧਾਵਾ ਹੁੰਦਾ ਤੇ ਉਹਨਾਂ ਦੀ ਚੌਥੀ ਪੀੜ੍ਹੀ ਆ ਇੱਥੇ, ਇਸੇ ਤਰ੍ਹਾਂ ਵੀਰ ਹਰਜੋਤ ਸਿੰਘ ਮਾਨ ਹੁੰਦਾ ਬਾਲਪੁਰ ਹਲਕੇ ਦਾ, ਪੰਜਾਬ ਟੂ ਐਤਰਾ ਪ੍ਰੋਜੈਕਟ ਦੇ ਵਿੱਚ ਅਸੀਂ ਇਕੱਠੇ ਕੰਮ ਕਰਦੇ ਹਾਂ। ਮੇਰੇ ਘਰਦਿਆਂ ਨੇ ਮੈਨੂੰ ਇਹ ਗੱਲ ਜ਼ਰੂਰ ਕਹੀ ਸੀ ਵੀ ਜਦੋਂ ਕਿਤੇ ਵੀ ਦੁਨੀਆਂ 'ਚ ਕਿਤੇ ਵੀ ਜਾਣਾ ਤੂੰ ਤਾਂ ਖੁਦ ਘੁੰਮ ਕੇ ਆ ਜਾਣਾ, ਲੇਕਿਨ ਆਪਣੇ ਪਿਆਰਿਆਂ ਤੱਕ ਉੱਥੋਂ ਦੇ ਪ੍ਰਭਾਵ ਕੀ ਆ, ਉੱਥੋਂ ਦਾ ਭਾਈਚਾਰਾ ਕਿਵੇਂ ਰਹਿੰਦਾ ਆ, ਵੀ ਉਹ ਜ਼ਰੂਰ ਅੱਗੇ ਪਹੁੰਚਾਉਣਾ ਲਾਜ਼ਮੀ ਆ। ਸੋ ਮੇਰੇ ਕੋਲ ਮੇਰੇ ਮਾਂ ਬਾਪ ਦੀਆਂ ਅਸੀਸਾਂ ਦੇ ਸਦਕਾ ਇਹ ਹੁਨਰ ਸੀਗਾ ਜੀ, ਮੈਨੂੰ ਲੱਗਿਆ ਕਿ ਸਵਾਦਲੀ ਬੋਲੀ ਦੇ ਵਿੱਚ ਲਿਖਣਾ ਸ਼ੁਰੂ ਕਰਾਂ। ਉਹਨਾਂ ਦਿਨਾਂ ਦੇ ਵਿੱਚ ਪਹਿਲਾ ਪੰਜਾਬੀ ਅਖਬਾਰ ਨਿਊਜ਼ੀਲੈਂਡ ਦੇ ਵਿੱਚ ਕੂਕ ਪੰਜਾਬੀ ਸਮਾਚਾਰ ਹੁੰਦਾ ਸੀ, ਉਹ ਦਿੱਲੀ ਤੋਂ ਪਰਿਵਾਰ ਆ ਜੀ, ਲੇਕਿਨ ਉਹਨਾਂ ਦਾ ਪੰਜਾਬੀ ਪ੍ਰਤੀ ਪਿਆਰ ਜਿਹੜਾ ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ, ਉਹਨਾਂ ਨੇ ਉਹਨੂੰ ਆਰਟੀਕਲ ਦੇ ਰੂਪ ਦੇ ਵਿੱਚ ਛਾਪਣਾ ਸ਼ੁਰੂ ਕਰ ਦਿੱਤਾ, ਤੇ ਜਿੰਨੇ ਐਡਵਰਟਾਈਜ਼ਰ ਹੁੰਦੇ ਸੀ ਕੂਕ ਪੰਜਾਬੀ ਸਮਾਚਾਰ ਦੇ, ਉਹਨਾਂ ਨੇ ਉਹਨਾਂ ਨੂੰ ਇਹ ਕਹਿਣਾ ਸ਼ੁਰੂ ਕਰਤਾ ਵੀ ਜਿੱਥੇ ਪਰਮਿੰਦਰ ਪਾਪੜ ਹੋਏ ਦਾ ਆਰਟੀਕਲ ਲੱਗਣਾ ਸਾਡੀ ਮਸ਼ਹੂਰੀ ਉਸ ਪੇਜ ਤੇ ਲੱਗਣੀ ਚਾਹੀਦੀ ਹੈ। ਕੀ ਬਾਤ ਹੈ, ਫਿਰ ਉਦੋਂ ਮੈਨੂੰ ਪਤਾ ਲੱਗਿਆ ਕਿ ਨਹੀਂ ਚਲੋ ਪਰਮਾਤਮਾ ਦੀ ਕਿਰਪਾ ਨਾਲ ਇੰਨਾ ਦੁਨੀਆਂ 'ਚ ਵਿਚਰਨਯੋਗ ਹੋ ਗਏ ਆ ਕਿ ਕਲਮ ਜਿਹੜੀ ਆ ਉਹ ਲਿਖ ਸਕਦੀ ਆ, ਦੱਸ ਸਕਦੀ ਆ ਕਿ ਅਸਲ 'ਚ ਦੁਨੀਆਂ ਪਾਰਦਰਸ਼ੀ ਤਰੀਕੇ ਦੇ ਨਾਲ ਕਿਵੇਂ ਦੇਖਦੀ ਆ, ਕਿਵੇਂ ਪੜ੍ਹਦੀ ਆ, ਕਿਵੇਂ ਕਬੂਲਦੀ ਆ। ਤੇ ਭਾਜੀ ਜੇ ਮੈਂ ਗੱਲ ਕਰਾਂ ਤੇ ਨਿਊਜ਼ੀਲੈਂਡ ਦੀਆਂ ਜਿਹੜੀਆਂ ਸਭ ਤੋਂ ਵੱਡੀਆਂ ਗੇਮਸ ਹੁੰਦੀਆਂ NSG ਨਿਊਜ਼ੀਲੈਂਡ ਸਿੱਖ ਗੇਮਸ ਜੀ, ਲਾਸਟ ਗੇਮਸ ਦੇ ਵਿੱਚ ਤੁਹਾਨੂੰ 골ਡ ਮੈਡਲ ਦਿੱਤਾ ਗਿਆ ਹੈ ਜੀ। ਬਿਲਕੁਲ ਜੀ, ਮੈਂ ਕਹਿੰਦਾ ਇਹ ਬਹੁਤ ਵੱਡੀ ਮਾਣ ਵਾਲੀ ਗੱਲ ਤੇ ਹੈਗੀ ਹੈਗੀ ਆ, ਤੁਹਾਡੇ ਵਾਸਤੇ ਵੀ ਹੋਊਗੀ, ਪਰਿਵਾਰ ਵਾਸਤੇ ਹੋਊਗੀ, ਅਸੀਂ ਤੁਹਾਡੇ ਨਾਲ ਜੁੜੇ ਹਾਂ, ਸਾਡੇ ਵਾਸਤੇ ਵੀ ਆ, ਪਰ ਤੁਹਾਨੂੰ ਨਹੀਂ ਕਿਤੇ ਨਾ ਕਿਤੇ ਲੱਗਦਾ ਕਿ ਇਟ ਕਮਸ ਵਿਦ ਅ ਗ੍ਰੇਟ ਰਿਸਪੋਂਸਿਬਿਲਿਟੀਜ਼? ਬਿਲਕੁਲ, ਤੁਸੀਂ ਆਹ ਜਿਹੜੀ ਗੱਲ ਕਹੀ ਨਾ, ਇਹਦੇ ਤਾਂ ਮਤਲਬ ਕੋਈ ਦੋ ਰਾਵਾਂ ਨਹੀਂ ਹੈ। ਜਿਵੇਂ ਜਿਵੇਂ ਕੋਈ ਤੁਹਾਡੇ 'ਤੇ ਇਸ ਗੱਲ ਦਾ ਫਖਰ ਮਹਿਸੂਸ ਕਰਾਉਂਦਾ, ਤੁਹਾਨੂੰ ਤੁਹਾਡੇ 'ਤੇ ਮਾਣ ਮਹਿਸੂਸ ਕਰਦਾ, ਤਿਵੇਂ ਤਿਵੇਂ ਤੁਹਾਡੀ ਜ਼ਿੰਮੇਵਾਰੀ ਵੱਧਦੀ ਜਾਂਦੀ ਆ। ਕਿਸੇ ਵੀ ਗਾਇਕ ਦਾ ਜਦੋਂ ਇੱਕ ਗਾਣਾ ਹਿੱਟ ਹੋ ਜਾਂਦਾ ਨਾ, ਅਗਲੇ ਗੀਤ ਦਾ ਜਿਹੜਾ ਦਬਾਓ ਆ ਵੀ ਉਹਨੂੰ ਹੋਰ ਵਧੀਆ ਹੋਰ ਸੋਹਣਾ ਕਿਵੇਂ ਕਰਨਾ, ਉਹ ਬਿਹਤਰੀ ਦਾ ਜਿਹੜਾ ਪ੍ਰੈਸ਼ਰ ਆ ਉਹ ਤਾਂ ਤੁਹਾਡੇ 'ਤੇ ਹੁੰਦਾ ਆ। ਸੋ SBS ਕਲੱਬ ਵੱਲੋਂ ਅਤੇ ਨਾਲ ਨਾਲ ਅਕਾਲ ਫਾਊਂਡੇਸ਼ਨ ਵੱਲੋਂ ਸਾਂਝੇ ਤੌਰ ਦੇ ਉੱਤੇ ਉਹ NSG ਦੇ ਪਲੇਟਫਾਰਮ ਦੇ ਉੱਤੇ ਮੈਨੂੰ ਉਹ ਮਾਣ ਮਿਲਿਆ ਜੀ। ਐਂਡ ਆਈ ਰੀਅਲੀ ਫੀਲ ਹੰਬਲਡ ਕਿ ਅਸਲ ਮਾਣ ਸਨਮਾਨ ਤੁਹਾਡੇ ਲੋਕ ਹੁੰਦੇ ਆ। ਮੈਂ ਮੰਨ ਕੇ ਚੱਲਦਾ ਕਿ ਜਿਹੜੇ ਚਾਰ ਭਰਾ ਤੁਹਾਡੇ ਨਾਲ ਖੜੇ ਆ ਅੱਜ ਦੇ ਇਹਨਾਂ ਸਮਿਆਂ ਦੇ ਵਿੱਚ ਜਾਂ ਉਤਰਾਅ ਚੜ੍ਹਾਅ ਦੇ ਦੌਰ ਦੇ ਵਿੱਚ, ਤੁਹਾਡਾ ਅਸਲ ਮਾਣ ਉਹ ਹੁੰਦੇ ਆ। ਲੇਕਿਨ ਦੁਨਿਆਵੀ ਤੌਰ 'ਤੇ ਇਸ ਮਾਣ ਸਨਮਾਨ ਨੂੰ ਜਦੋਂ ਬੱਚੇ ਦੇਖਦੇ ਆ, ਮਾਂ ਬਾਪ ਦੇਖਦੇ ਆ, ਫਿਰ ਉਹਨਾਂ ਨੂੰ ਕਈ ਵਾਰੀ ਲੱਗਦਾ ਕਿ ਚਲੋ ਮੁੰਡਾ ਠੀਕ ਰਾਹ 'ਤੇ ਤੁਰਿਆ। ਤੇ ਭਾਜੀ ਕਿਉਂਕਿ ਇਹ ਇੱਕ ਤਰ੍ਹਾਂ ਦਾ ਕਮਿਊਨਿਟੀ ਵੱਲੋਂ ਇੱਕ ਕੁਛ ਪਰਸਨੈਲਿਟੀਜ਼ ਨੂੰ ਇੱਕ ਥਾਪੜਾ ਹੁੰਦਾ ਜੀ, ਕਿ ਜਿਵੇਂ ਵੱਡੇ ਬਜ਼ੁਰਗ ਦਾ ਇੱਕ ਥਾਪੜਾ ਹੁੰਦਾ ਕਿ ਪੁੱਤਰਾ ਅੱਜ ਤੋਂ ਇਹ ਜ਼ਿੰਮੇਵਾਰੀਆਂ ਤੇਰੇ 'ਤੇ, ਕਿ ਜਿਵੇਂ ਉਹ ਚਾਬੀਆਂ ਜਿਹੜੀਆਂ ਵਾ ਉਹ ਤੁਹਾਨੂੰ ਸਮਾ ਦਿੱਤੀਆਂ ਜਾਂਦੀਆਂ। ਬਲਕੀਤ ਭਾਜੀ ਕਹਿੰਦੇ ਨਾ ਵੀ ਹੁਣ ਕੰਮ ਤੁੰਨ ਕੇ ਰੱਖ, ਪਰੁੰਨ ਕੇ ਰੱਖ ਤੇ ਗੁੰਨ ਕੇ ਰੱਖ। ਕਿਆ ਬਾਤ ਹੈ, ਕਿਆ ਬਾਤ ਹੈ ਭਾਜੀ, ਭਾਜੀ ਉਹ ਵਾਲਾ ਸ਼ੇਰੀਆ।
ਇਹ ਚੀਜ਼ਾਂ ਆਪਾਂ ਉਹ ਲੋਕਾਂ ਦੇ ਰੂਬਰੂ ਕੀਤੀਆਂ ਤੁਹਾਡੀਆਂ ਜਿਹੜੀਆਂ ਸ਼ਾਇਦ ਅਜੇ ਤੱਕ ਕਿਤੇ ਸਾਂਝੀਆਂ ਨਹੀਂ ਹੋਈਆਂ। ਹਮੇਸ਼ਾ ਨੋਰਮਲ ਇੰਟਰਵਿਊਜ਼ ਹੁੰਦੀਆਂ ਵਾ, ਪਰ ਭਾਜੀ ਦੇ ਬਾਰੇ ਸਾਰੀਆਂ ਚੀਜ਼ਾਂ ਜਾਣਦੇ, ਬਟ ਆਹ ਚੀਜ਼ਾਂ ਸ਼ਾਇਦ ਭਾਜੀ ਦੇ ਨਾਲ ਨਹੀਂ ਸੀ ਸਾਂਝੀਆਂ ਹੋਈਆਂ ਕਦੇ ਵੀ। ਤੇ ਭਾਜੀ ਕੋਲ ਗੱਲਾਂ ਤਾਂ ਇੰਨੀਆਂ ਆ ਜੀ, ਆਪਾਂ ਜਦੋਂ ਇਹਨਾਂ ਕੋਲ ਬਹਿ ਜੀ ਦਾ ਨਾ, ਤੁਸੀਂ ਬਿਲੀਵ ਨਹੀਂ ਕਰੋਗੇ, ਆਫ ਦੀ ਕੈਮਰਾ ਆਪਾਂ ਨੇ 2-2.5 ਘੰਟੇ ਹੋ ਗਏ ਬੈਠਿਆਂ ਦਾ, ਜੇ ਵੀ ਦਿਲ ਕਰਦਾ ਸੀ ਕਿ ਹਰੇਕ ਗੱਲ ਤੇ ਕੋਈ ਨਾ ਕੋਈ ਐਗਜ਼ਾਮਪਲ ਸੀ, ਹਰੇਕ ਗੱਲ ਤੇ ਕੋਈ ਨਾ ਕੋਈ ਪਿੱਛੇ ਕਹਾਣੀ ਸੀ। ਇਹ ਸਾਰੀਆਂ ਚੀਜ਼ਾਂ ਆਉਂਦੀਆਂ ਜੀ ਤਜਰਬੇ ਦੇ ਨਾਲ। ਤੇ ਭਾਜੀ ਜੇ ਮੈਂ ਬਹੁਤਾ ਨਾ ਛੋਟੀ ਜਿਹੀ ਇੱਕ ਰਿਕੁਐਸਟ ਕਰਨੀ ਆ, ਤੁਸੀਂ ਮੰਨ ਜਾਓਗੇ ਤਾਂ ਬੜਾ ਵਧੀਆ, 2 ਬੋਲ ਚਾਹੇ ਕਿਸੇ ਤਰ੍ਹਾਂ ਦੇ ਵੀ, ਜਿਹੜਾ ਮੈਸੇਜ ਦੇ ਤੌਰ 'ਤੇ ਸਾਡੇ ਸਰੋਤਿਆਂ 'ਤੇ ਤੁਸੀਂ ਸੁਣਾ ਦਿਓ, ਜਿਹੜੇ ਆਉਣ ਵਾਲੇ ਟਾਈਮ 'ਤੇ ਯੰਗਸਟਰਸ 'ਤੇ ਵੀ ਕੰਮ ਹੋਣ, ਚਾਹੇ ਉਹ ਗਾਣੇ ਦੇ ਰੂਪ 'ਚ ਹੋ ਜਾਣ, ਚਾਹੇ ਸ਼ਾਇਰੀ ਹੋ ਜਾਵੇ। ਦਰਅਸਲ ਹੁੰਦਾ ਕੀ ਹੈ ਕਿ ਜਦੋਂ ਜਿਹਨਾਂ ਰਾਹਾਂ 'ਤੇ ਤੁਸੀਂ ਗੁਜ਼ਰਦੇ ਨਾ, ਕਈ ਵਾਰੀ ਉਹ ਰਾਹਾਂ ਵੀ ਤੁਹਾਨੂੰ ਪਛਾਣਨ ਤੋਂ ਨਾ ਕਰ ਦਿੰਦੀਆਂ। ਕਿਆ ਬਾਤ ਹੈ। ਉਹਨਾਂ ਰਾਹਾਂ ਦੇ ਉੱਤੇ ਤੁਰਦਿਆਂ ਕਦੇ ਵੀ ਇਹ ਨਾ ਮਹਿਸੂਸ ਕਰੋ ਵੀ ਸ਼ਾਇਦ ਅਸੀਂ ਇਹਨਾਂ ਦੇ ਕਾਬਲ ਨਹੀਂ ਸੀਗੇ। ਜੀ ਤੁਸੀਂ ਕਾਬਲ ਹੁੰਦੇ ਹੋ, ਪਰ ਸਮਾਂ ਕਈ ਵਾਰੀ ਬਲਵਾਨ ਹੁੰਦਾ। ਸਮਾਂ ਤੁਹਾਨੂੰ ਮੋੜ ਮੋੜ ਕੇ ਉਹਨਾਂ ਰਾਹਾਂ 'ਤੇ ਇੱਕ ਵਾਰ ਲੈ ਕੇ ਜ਼ਰੂਰ ਆਉਂਦਾ। ਇਨਸਾਨ ਨੂੰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣਾ ਚਾਹੀਦਾ, ਇਨਸਾਨ ਨੂੰ ਆਪਣੇ ਸਿਧਾਂਤਕ ਪੱਖ ਤੋਂ ਕਦੀ ਵੀ ਮਨਫੀ ਨਹੀਂ ਹੋਣਾ ਚਾਹੀਦਾ। ਜਿਹੜੀਆਂ ਵੀ ਗੱਲਾਂ ਲੋਕ ਕਰਦੇ ਆ, ਸਾਡੇ ਸਿਆਣੇ ਬਜ਼ੁਰਗ ਕਰ ਗਏ, ਕਿਰਦਾਰ ਦੀਆਂ ਗੱਲਾਂ, ਗੁਫਤਾਰ ਦੀਆਂ ਗੱਲਾਂ, ਦਸਤਾਰ ਦੀਆਂ ਗੱਲਾਂ, ਉਹਨਾਂ ਦੇ ਮਾਇਨੇ ਜਿਹੜੇ, ਉਹਨਾਂ ਨੂੰ ਸਹੀ ਲਫ਼ਜ਼ਾਂ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰੋ। ਉਹ ਦੁਨਿਆਵੀ ਤੌਰ 'ਤੇ ਬਾਹਰੀ ਰੂਪ ਨਹੀਂ ਹੈ, ਉਹ ਤੁਹਾਡਾ ਅੰਦਰਲਾ ਪੱਖ ਹੈ ਕਿ ਤੁਸੀਂ ਦੁਨੀਆਂ ਦੇ ਵਿੱਚ ਵਿਚਰਦੇ ਕਿੱਦਾਂ ਆ, ਆਪਣੇ ਵਿਹਾਰ ਨੂੰ ਤੁਸੀਂ ਕਿਵੇਂ ਲੋਕਾਂ ਦੇ ਅੱਗੇ ਰੱਖਦੇ ਆ। ਇਹ ਦੁਨੀਆਂ ਇੱਕ ਵਿਸ਼ਵ ਵਿਆਪੀ ਪਿੰਡ ਬਣ ਗਈ ਆ ਮੀ ਵੀਰ, ਹੁਣ ਤੁਸੀਂ ਉਹਦੇ ਨਾਗਰਿਕ ਆ। ਹੁਣ ਤੁਸੀਂ ਆਪਣੇ ਮਾਲਪੁਰ ਦੇ ਚੋਆਂ 'ਚੋਂ ਨਿਕਲ ਕੇ, ਸਤੌਰ ਪਿੰਡ ਦੀਆਂ ਜਾਮਣਾਂ ਅਤੇ ਅੰਬਾਂ ਦੇ ਰੁੱਖਾਂ ਦੇ ਥੱਲਿਓਂ ਨਿਕਲ ਕੇ, ਪੂਰੀ ਦੁਨੀਆਂ ਤੁਹਾਡਾ ਵਿਹੜਾ ਆ, ਔਰ ਇਹ ਵਿਹੜਾ ਸਲਾਮਤ ਰੱਖਣ ਦੇ ਲਈ ਜੋ ਕੁਛ ਵੀ ਤੁਸੀਂ ਕਰ ਸਕਦੇ ਹੋ ਉਹ ਕਰਨਾ ਚਾਹੀਦਾ ਆ, ਜਿੰਨੀ ਸਮਰੱਥਾ ਤੁਹਾਨੂੰ ਕੁਦਰਤ ਨੇ ਬਖਸ਼ੀ ਆ। ਮੈਂ ਭਾਜੀ ਬਾਰੇ ਗੱਲ ਕਹੂੰਗਾ, ਇਹਨਾਂ ਕੋਲ ਇੱਕ ਡਿਪਾਰਟਮੈਂਟ ਹੈ ਜੀ, ਜਿਹੜਾ ਇਹਨਾਂ ਕੋਲ ਅਹੁਦਾ ਹੈ ਜੀ ਜਸਟਿਸ ਆਫ ਪੀਸ ਦਾ। ਤੇ ਮੈਂ ਇਹਨਾਂ ਨੂੰ ਜਿੰਨੀ ਵਾਰੀ ਵੀ ਮਿਲਿਆ ਵਾ ਨਾ, ਕਈ ਵਾਰ ਕਿਸੇ ਮੀਟਿੰਗਸ ਦੇ ਵਿੱਚ ਕੋਈ ਗੁੱਸਾ ਗੜਾ ਵੀ ਜੇ ਤੇ ਗੱਲ ਪੀਸ ਦੀ ਉਹ ਕਰਦੇ ਆ, ਬਿਲਕੁਲ ਇਹਨਾਂ ਦੇ ਹਿਸਾਬ ਦੇ ਨਾਲ ਇਹਨਾਂ ਨੂੰ ਅਹੁਦਾ ਮਿਲਿਆ। ਤੇ ਇਹ ਸੀ ਜੀ ਪਰਮਿੰਦਰ ਭਾਜੀ, ਮੈਂ ਇਹਨਾਂ ਦਾ ਬਹੁਤਾ ਸਮਾਂ ਨਹੀਂ ਲਵਾਂਗਾ ਕਿਉਂਕਿ ਇਹਨਾਂ ਨੇ ਅੱਗੇ ਹੋਰ ਵੀ 1-2 ਥਾਵਾਂ ਤੇ ਜਾਣਾ ਤੇ ਅੱਜ ਤਾਈਓ ਵਿਆਹ ਵਾਲਾ ਮੁੰਡਾ ਬਣ ਕੇ ਆਏ ਆ। ਤੇ ਬਹੁਤ ਵਧੀਆ ਲੱਗਾ ਭਾਜੀ ਨਾਲ ਗੱਲਬਾਤ ਕਰਕੇ, ਮੈਂ ਤੁਹਾਨੂੰ ਜਲਦੀ ਮਿਲਦਾ ਆ ਜੀ ਕਿਸੇ ਹੋਰ ਪਰਸਨੈਲਿਟੀ ਦੇ ਨਾਲ, ਕਿਸੇ ਹੋਰ ਨਵੇਂ ਮੈਸੇਜ ਦੇ ਨਾਲ, ਤੇ ਜਲਦੀ ਆਪਾਂ ਮਿਲਦੇ ਹਾਂ ਜੀ ਓਨਲੀ ਔਨ ਡੇਲੀ ਖਬਰ ਦਾ ਐਂਡ ਦ ਡੈਮੀ ਸ਼ੋਅ ਤੇ। ਤਦ ਤੱਕ ਲਈ ਸਤਿ ਸ੍ਰੀ ਅਕਾਲ।